ਪੰਜਾਬ ਪੁਆਇੰਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਕੁਲਵਿੰਦਰ ਸਿੰਘ ਅਤੇ ਪੰਜਾਬ ਪੁਆਇੰਟ ਦੇ ਵਿੱਚ ਅੱਜ ਗੱਲ ਕਰਾਂਗੇ ਵਿਦੇਸ਼ਾਂ 'ਚ ਸਿੱਖਾਂ 'ਤੇ ਹੁੰਦੇ ਨਸਲੀ ਹਮਲਿਆਂ ਦੀ। ਦਰਅਸਲ ਅਮਰੀਕਾ ਦੇ ਕੈਲੀਫੋਰਨੀਆ ਦੇ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਉੱਥੇ ਇੱਕ 50 ਸਾਲਾਂ ਸਿੱਖ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਅਤੇ ਕੁੱਟਮਾਰ ਦੇ ਦੌਰਾਨ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ। ਪੁਲਿਸ ਦੇ ਮੁਤਾਬਕ ਇਸ ਹਮਲੇ ਦੀ ਨਸਲੀ ਨਫ਼ਰਤ ਦੇ ਅਪਰਾਧ ਦੇ ਵਜੋਂ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਲਗਾਤਾਰ ਵਿਦੇਸ਼ਾਂ 'ਚ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਅਮਰੀਕਾ ਦੇ ਅੰਦਰ ਵਾਪਰਨ ਵਾਲੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਜਿਸ ਤੋਂ ਬਾਅਦ ਲਗਾਤਾਰ ਇਹ ਸਵਾਲ ਉੱਠ ਰਿਹਾ ਕਿ ਆਖਿਰ ਇਹ ਘਟਨਾਵਾਂ ਵਾਰ ਵਾਰ ਵਾਪਰ ਕਿਉਂ ਰਹੀਆਂ ਨੇ ਅਤੇ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾ ਸਕਦਾ। ਪੂਰੀ ਘਟਨਾ ਕੀ ਵਾਪਰੀ ਹੈ ਉਸ 'ਤੇ ਰਿਪੋਰਟ ਤੁਹਾਨੂੰ ਵਿਖਾਉਂਦੇ ਹਾਂ ਅਤੇ ਉਸ ਤੋਂ ਬਾਅਦ ਇਸ ਮਸਲੇ ਦੇ ਉੱਤੇ ਹੀ ਅੱਜ ਚਰਚਾ ਕਰਾਂਗੇ। ਅਮਰੀਕਾ ਦੇ ਵਿੱਚ ਇੱਕ ਵਾਰੀ ਮੁੜ ਤੋਂ ਇੱਕ ਸਿੱਖ ਨੂੰ ਨਸਲੀ ਹਮਲੇ ਦਾ ਸ਼ਿਕਾਰ ਹੋਣਾ ਪਿਆ ਏ। ਅਮਰੀਕਾ 'ਚ ਫਿਰ ਹੋਇਆ ਨਸਲੀ ਹਮਲਾ, ਇੱਕ ਸਿੱਖ ਨੂੰ ਮੁੜ ਤੋਂ ਬਣਾਇਆ ਗਿਆ ਨਿਸ਼ਾਨਾ। ਹਮਲੇ ਦੇ ਵਿੱਚ ਸਿੱਖ ਵਿਅਕਤੀ ਗੰਭੀਰ ਤੌਰ 'ਤੇ ਹੋਇਆ ਜ਼ਖਮੀ। ਇਹ ਘਟਨਾ ਅਮਰੀਕਾ ਦੇ ਕੈਲੀਫੋਰਨੀਆ ਦੀ ਹੈ, ਜਿੱਥੇ ਦੋ ਅਣਪਛਾਤੇ ਵਿਅਕਤੀਆਂ ਨੇ ਨਸਲੀ ਟਿੱਪਣੀ ਕਰਦਿਆਂ 50 ਸਾਲਾਂ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ। ਇਹੀ ਨਹੀਂ, ਇਹਨਾਂ ਹਮਲਾਵਰਾਂ ਨੇ ਸਿੱਖ ਦੇ ਉੱਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਨੇ। ਹਮਲਾਵਰਾਂ ਨੇ ਕਿਹਾ ਕਿ ਤੁਹਾਡਾ ਇੱਥੇ ਸਵਾਗਤ ਨਹੀਂ, ਆਪਣੇ ਦੇਸ਼ ਵਾਪਸ ਜਾਓ। ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਖ਼ਬਰਾਂ ਦੀ ਮੰਨੀਏ ਤਾਂ ਇਹ ਘਟਨਾ ਪਿਛਲੇ ਹਫ਼ਤੇ ਕੈਲੀਫੋਰਨੀਆ ਦੇ ਕੈਸ ਅਤੇ ਫੁੱਟੀ ਰੋਡ 'ਤੇ ਚੁਰਾਹੇ 'ਤੇ ਵਾਪਰੀ। ਪੁਲਿਸ ਮੁਤਾਬਕ ਇਸ ਹਮਲੇ ਦੀ ਨਸਲੀ ਨਫ਼ਰਤ ਦੇ ਅਪਰਾਧ ਵਜੋਂ ਜਾਂਚ ਕੀਤੀ ਜਾ ਰਹੀ ਹੈ। ਪਿਛਲੇ ਕੁਝ ਸਾਲਾਂ ਤੋਂ ਕੈਲੀਫੋਰਨੀਆ ਵਿੱਚ ਸਿੱਖ ਭਾਈਚਾਰੇ ਦੇ ਖਿਲਾਫ਼ ਨਫ਼ਰਤ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਕੈਲੀਫੋਰਨੀਆ ਵਿੱਚ ਵੱਡੀ ਗਿਣਤੀ ਸਿੱਖ ਭਾਈਚਾਰਾ ਵਸਦਾ ਏ, ਪਰ ਵੱਡਾ ਸਵਾਲ ਇੱਥੇ ਇਹੀ ਹੈ ਕਿ ਇਹਨਾਂ ਘਟਨਾਵਾਂ ਨੂੰ ਰੋਕਣ ਵਿੱਚ ਅਮਰੀਕੀ ਪ੍ਰਸ਼ਾਸਨ ਕੋਈ ਠੋਸ ਕਦਮ ਆਖਰ ਕਿਉਂ ਨਹੀਂ ਚੁੱਕ ਪਾ ਰਿਹਾ। ਬਿਊਰੋ ਰਿਪੋਰਟ, ਇੰਡੀਆ ਨਿਊਜ਼ ਪੰਜਾਬ। ਅਤੇ ਹੁਣ ਇਸ ਮਸਲੇ ਨਾਲ ਕੁਝ ਸਵਾਲਾਂ ਦੀ ਗੱਲ ਕਰ ਲੈਂਦੇ ਹਾਂ ਜੋ ਇਸ ਮਸਲੇ ਦੇ ਨਾਲ ਜੁੜੇ ਹੋਏ, ਜਿਨ੍ਹਾਂ 'ਤੇ ਚਰਚਾ ਵੀ ਕਰਾਂਗੇ। ਸਵਾਲ ਇਹ ਨੇ ਕਿ ਆਖਿਰ ਵਿਦੇਸ਼ਾਂ ਦੇ ਵਿੱਚ ਕਿਉਂ ਸਿੱਖਾਂ 'ਤੇ ਇਸ ਤਰੀਕੇ ਨਸਲੀ ਹਮਲੇ ਹੋ ਰਹੇ ਨੇ, ਉਸ ਦੀ ਵਜ੍ਹਾ ਕੀ ਹੈ, ਕੀ ਕੁਝ ਕਾਰਨ ਇਸਦੇ ਨੇ। ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ ਅਮਰੀਕਾ ਜਿਹੇ ਮੁਲਕਾਂ ਦੇ ਵਿੱਚ ਸਿੱਖਾਂ ਦੇ ਖਿਲਾਫ਼ ਇਸ ਤਰੀਕੇ ਦੇ ਨਸਲੀ ਹਮਲਿਆਂ ਦੇ ਵਿੱਚ ਵਾਧਾ ਕਿਉਂ ਹੋ ਰਿਹਾ, ਕਿਉਂਕਿ 9/11 ਦੇ ਹਮਲੇ ਤੋਂ ਬਾਅਦ ਲਗਾਤਾਰ ਇਸ ਸਥਿਤੀ ਦੀਆਂ ਘਟਨਾਵਾਂ ਜਿਹੜੀਆਂ ਸੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਸੀ। ਸਵਾਲ ਇਹ ਵੀ ਨੇ ਕਿ ਕੀ ਇਹ ਹਮਲੇ ਮਹਿਜ਼ ਪਹਿਚਾਣ ਦੀ ਗਲਤੀ ਦੇ ਨਾਲ ਜੁੜੇ ਹੋਏ ਨੇ, ਕਿਉਂਕਿ ਗਲਤ ਪਹਿਚਾਣ ਸਿੱਖਾਂ ਦੀ ਕਰ ਲਈ ਜਾਂਦੀ ਹੈ ਉੱਥੋਂ ਦੇ ਸਥਾਨਕ ਲੋਕਾਂ ਦੇ ਵੱਲੋਂ, ਕਿਉਂਕਿ ਇੰਨੀ ਜਾਣਕਾਰੀ ਉਹ ਨਹੀਂ ਰੱਖਦੇ ਨੇ ਸਿੱਖਾਂ ਬਾਰੇ, ਇਸੇ ਲਈ ਉਸ ਗਲਤ ਪਹਿਚਾਣ ਨੂੰ ਆਧਾਰ ਬਣਾ ਕੇ ਉਹ ਹਮਲੇ ਕਰਦੇ ਨੇ ਅਤੇ ਕਈ ਤਰ੍ਹਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਵੀ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ। ਸਵਾਲ ਇਹ ਵੀ ਨੇ ਕਿ ਵਿਦੇਸ਼ਾਂ ਦੇ ਵਿੱਚ ਸਿੱਖਾਂ ਨੂੰ ਨਸਲੀ ਹਮਲਿਆਂ ਤੋਂ ਬਚਾਉਣ ਦੇ ਲਈ ਕੀ ਕੁਝ ਕਦਮ ਜਿਹੜੇ ਨੇ ਚੁੱਕੇ ਜਾਣੇ ਚਾਹੀਦੇ ਨੇ ਅਤੇ ਕੀ ਪਹਿਚਾਣ ਸੰਬੰਧੀ ਦੂਜੇ ਮੁਲਕ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਣਾ ਚਾਹੀਦਾ ਤਾਂ ਜੋ ਇਸ ਤਰੀਕੇ ਦੀਆਂ ਘਟਨਾਵਾਂ ਵਾਰ ਵਾਰ ਸਾਹਮਣੇ ਨਾ ਆ ਸਕਣ। ਅਤੇ ਇੱਕ ਨਜ਼ਰ ਪਾ ਲੈਂਦੇ ਹਾਂ ਕਿ ਆਖਿਰ ਇਹ ਵਜ੍ਹਾ ਕੀ ਕੁਝ ਹੈ, ਕਿਉਂ ਇਸ ਤਰੀਕੇ ਦੀਆਂ ਘਟਨਾਵਾਂ ਵਾਰ ਵਾਰ ਸਾਹਮਣੇ ਆਉਂਦੀਆਂ ਨੇ, ਉਹਦੇ ਪਿੱਛੇ ਕੁਝ ਕੀ ਕੁਝ ਹੈ। ਦਰਅਸਲ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਜਦੋਂ ਹਮਲਾ ਹੋਇਆ ਸੀ ਉਸ ਤੋਂ ਬਾਅਦ ਸਿੱਖਾਂ ਤੋਂ ਇਲਾਵਾ ਅਰਬ, ਮੁਸਲਿਮ ਅਤੇ ਦੱਖਣੀ ਏਸ਼ੀਆਈ ਲੋਕਾਂ ਨੂੰ ਇਸ ਦਾ ਸ਼ਿਕਾਰ ਹੋਣਾ ਪਿਆ ਹੈ। 2005 ਤੱਕ ਇੱਕ ਰਿਪੋਰਟ ਤਿਆਰ ਕੀਤੀ ਗਈ ਜਿਹਦੇ ਮੁਤਾਬਕ 500 ਹਮਲੇ ਅਜਿਹੇ ਸਾਹਮਣੇ ਆਏ ਸੀ, ਪਰ ਅਜਿਹੇ ਹਮਲਿਆਂ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੈ। ਅਮਰੀਕਾ ਦੇ ਕਾਨੂੰਨ ਵਿਭਾਗ ਤੋਂ ਇਲਾਵਾ FBI ਦੇ ਵੱਲੋਂ ਵੀ ਰਿਪੋਰਟ ਤਿਆਰ ਕੀਤੀ ਗਈ ਸੀ ਅਤੇ FBI ਦੀ ਰਿਪੋਰਟ ਤੋਂ ਕਰੀਬ 5 ਗੁਣਾ ਵੱਧ ਮਾਮਲੇ ਜਿਹੜੇ ਨੇ ਸਾਹਮਣੇ ਆਏ ਨੇ, ਪਰ ਬਹੁਤ ਸਾਰੇ ਮਾਮਲੇ ਨੇ ਜਿਹੜੇ ਕਿ ਰਿਪੋਰਟ ਨਹੀਂ ਹੋ ਸਕੇ ਨੇ। ਕੁਝ ਮਾਮਲਿਆਂ ਦਾ ਅਸੀਂ ਜ਼ਿਕਰ ਵੀ ਕਰ ਰਹੇ ਹਾਂ ਕਿ 2001 ਦੇ ਵਿੱਚ 9/11 ਦੀ ਘਟਨਾ ਤੋਂ ਬਾਅਦ ਪਹਿਲਾ ਹਮਲਾ ਸਾਹਮਣੇ ਆਇਆ ਸੀ ਅਤੇ ਉਸ ਤੋਂ ਬਾਅਦ 2010-2012 ਵਿੱਚ ਲਗਾਤਾਰ ਇਸ ਤਰੀਕੇ ਦੇ ਘਟਨਾਵਾਂ ਜਿਹੜੀਆਂ ਸੀ ਸਾਹਮਣੇ ਆਉਂਦੀਆਂ ਚਲੀਆਂ ਗਈਆਂ ਅਤੇ ਸਿੱਖਾਂ ਨੂੰ ਖਾਸ ਤੌਰ ਦੇ ਉੱਤੇ ਟਾਰਗੇਟ ਕੀਤਾ ਜਾਂਦਾ ਸੀ। ਅਤੇ ਇਸ ਤੋਂ ਇਲਾਵਾ ਅਮਰੀਕਾ ਦੇ ਓਕ ਕ੍ਰੀਕ ਦੇ ਵਿੱਚ 2012 'ਚ ਇੱਕ ਵੱਡਾ ਹਮਲਾ ਹੋਇਆ ਸੀ ਜੋ ਕਿ ਪਿਛਲੇ ਦਹਾਕੇ ਦਾ ਸਭ ਤੋਂ ਵੱਡਾ ਹਮਲਾ ਜਿਸ ਨੂੰ ਗਿਣਿਆ ਜਾ ਰਿਹਾ ਸੀ। ਵੱਡੀ ਗਿਣਤੀ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ 20 ਦੇ ਕਰੀਬ ਸਿੱਖ ਜਿਹੜੇ ਸੀ ਜ਼ਖਮੀ ਹੋਏ ਸੀ ਉਸ ਪੂਰੀ ਘਟਨਾ ਦੇ ਵਿੱਚ, ਪਰ ਦੁਨੀਆ ਦੇ ਤਮਾਮ ਜੋ ਮੁਲਕ ਨੇ ਉਹਨਾਂ ਵਿੱਚ ਇਸ ਤਰੀਕੇ ਦੀਆਂ ਘਟਨਾਵਾਂ ਵਾਰ ਵਾਰ ਵਾਪਰ ਰਹੀਆਂ ਨੇ। ਸਵਾਲ ਇਹੀ ਨੇ ਕਿ ਆਖਰ ਇਹ ਘਟਨਾਵਾਂ ਵਾਪਰ ਕਿਉਂ ਰਹੀਆਂ ਨੇ। ਇੱਕ ਸਰਵੇ ਕੀਤਾ ਗਿਆ ਸੀ ਅਮਰੀਕਾ ਦੇ ਵਿੱਚ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਮਹਿਜ਼ 11% ਲੋਕ ਹੀ ਅਜਿਹੇ ਨੇ ਜੋ ਸਿੱਖਾਂ ਨੂੰ ਸਹੀ ਤਰ੍ਹਾਂ ਪਹਿਚਾਣਦੇ ਨਹੀਂ ਅਤੇ ਜੋ ਬਾਕੀ ਲੋਕ ਨੇ ਉਹਨਾਂ ਦੀ ਗਲਤ ਪਹਿਚਾਣ ਕਰਦੇ ਨੇ। 70% ਲੋਕਾਂ ਨੇ ਉਹਨਾਂ ਨੂੰ ਮੁਸਲਿਮ ਦੱਸਿਆ, 20-25% ਲੋਕਾਂ ਨੇ ਉਹਨਾਂ ਨੂੰ ਹਿੰਦੂ ਦੱਸਿਆ ਅਤੇ ਕਈ ਹੋਰ ਸਮੁਦਾਇਆਂ ਦੇ ਨਾਲ ਵੀ ਜੋੜ ਕੇ ਉਹਨਾਂ ਨੂੰ ਪੇਸ਼ ਕੀਤਾ ਗਿਆ। ਸੋ ਬੀਤੇ ਦਿਨ ਇੱਕ ਵਾਰੀ ਮੁੜ ਤੋਂ ਇੱਕ ਸਿੱਖ ਨੂੰ ਉੱਥੇ ਨਿਸ਼ਾਨਾ ਬਣਾਇਆ ਗਿਆ, ਇਸੇ ਤਰ੍ਹਾਂ ਦੇ ਨਾਲ ਨਸਲੀ ਟਿੱਪਣੀ ਉਹਨਾਂ ਦੇ ਉੱਤੇ ਵੀ ਕੀਤੀ ਗਈ। ਸਵਾਲ ਇਹ ਨੇ ਕਿ ਲੰਬੇ ਸਮੇਂ ਤੋਂ ਸਿੱਖ ਭਾਈਚਾਰਾ ਅਮਰੀਕਾ ਦੇ ਵਿੱਚ ਵੱਸ ਰਿਹਾ ਹੈ ਅਤੇ ਇਸ ਦੌਰਾਨ ਬਾਵਜੂਦ ਇਸ 'ਤੇ
की कुछ कमियां रही ने कि उन्होंने पहचान होने के इस तरीके अमरीका के जागरूकता कि सही तरीके नहीं फैलाई जा सकी कि कुछ कारण ने इन हमलों के पिछे की मुख्य वजह सिर्फ पहचान के नाल ही जुड़ी हुई है कि उत्थे के लोगों सिखा की पहचान ली इसलिए वो उन्होंने दूजे धर्मों के लोग समझ के उन्होंने गलत पहचान करके उन्होंने उत्ते इस तरीके की नस्ली हमले करते हैं। दस दिए कि 9/11 के हमले तो बाद 15 सितंबर 2001 अमरीका के गैस स्टेशन के उत्ते बलवीर सिंह सोढ़ी उन्होंने उत्ते हमला होया सी, गोली मारी गई सी उन्होंने जिस दे विच मौत हो गई सी उन्हां दी। ते इस घटना नूं जिहड़ा सी अजिहा पहला मामला मन्निया गया जिहदे विच कि गलत पहचान की गल सामने आई सी कि उन्होंने गलत तरीके दूजे धर्म के नाल संबंधित शख्स समझ के उन्होंने टारगेट किया गया। इस तरह अमरीका के शहर ओक क्रीक के गुरद्वारा साहब के उत्ते वड्डा हमला होया सी 6 अगस्त 2012 की वह घटना सी जिस दे विच के एक माइकल पेज नाँ दे उत्थे स्थानक वसनीक दे वलों फायरिंग की गई सी मशीन गन दे नाल 6 सिख श्रद्धालुआं की मौत हो गई सी, करीब 20 तो ज़्यादा जिहड़े सी जख्मी हो गए सी। चर्चा के लिए खास मेहमान साडे नाल चंडीगढ़ स्टूडियो के जुड़े हुए हैं, तुहाडा तारुफ उन्हां नाल करवा दिंदा। कुलदीप पंगेवाला जी ने बीजेपी के वलों, सुरिंदर सिंह किशनपुरा जी ने सिंह सभा चंडीगढ़ के मैंबर ने, अमरिंदर सिंह जी ने साबका SGPC मैंबर ने, तुहाडा सारयां दा बहुत बहुत स्वागत है जी। अमरिंदर सिंह जी, तुहाडे कोलों ही सब तो पहला मैं सवाल जानना चाहूँगा कि कुछ तुहानूं कारण नज़र आउंदे ने इहदे विच कि इस तरीके दीआं घटनावां जिहड़ियां ने वार वार सामने आउंदियां ने, की कुछ वजह तुसीं समझदे हो कि इह हमले हुंदे ने, नस्ली उहनां दे उत्ते टिप्पणियां हुंदियां ने, सिखां नूं इस तरीके की स्थिति का विदेशां 'च क्यों सामना करना पै रिहा? देखो गुलविंदर जी, जिवें तुसीं खुद ही कहा कि भी 9/11 दे विच जिहड़ा वर्ल्ड ट्रेड सेंटर दे उपर हमला होया सी, इहदे विच बहुत वड्डा नुकसान, जानी ते माली नुकसान होया सी अमरीका दा। उहदे विच जिहड़ा मुख दोषी बाद दे विच पता लग्गिया बिन लादेन सीगा, ते उह बिन लादेन जिहड़ा सी उह पगड़ी वी बंदा सी ते उहदी दाढ़ी वी सीगी ते मुछां वी रखियां होईयां सी उहने, ते इह जिहड़े सिखां दी जिहड़ी अपीयरेंस है उह लोकां दे विच मतलब इस तरीके मैसेज चला गया कि यह बिन लादेन दे ही नाल दे बंदे है, ते ओ मैसेज जिहड़ा हैगा क्योंकि मीडिया ने इन्ना हाईलाइट किया बिन लादेन नूं, ते ओ दे बिन लादेन दे खिलाफ जिहड़ी नफरत है, ओ जिहड़ी नफरत आम जनता हैगी आ, ओ इस चीज़ नूं समझ नहीं सकती कि भई सिख जिहड़े है बिन लादेन दे नाल दे बंदे नहीं है, ते ओ बिन लादेन दे ही उन्हां नूं मतलब साथी समझ के उन्हां दे खिलाफ ओ भेदभाव जिहड़ा करदे है। ते जिवें कि तुसीं कहा भई गवर्नमेंट जिहड़ी आ बहुत सीरीयसली उन्हां नूं डॉक्यूमेंट भी कर रही है सारे इंसीडेंट्स नूं, ते करैक्टिव मेजर भी लै रही है, ते लेकिन फिर भी अजे कितें ना कितें कमी हैगी है कि अजे तक जिहड़ी ओह नफरत है ओह लोकां दे विच सानूं देखण नूं मिल रही है। ते तुसीं गलत पहचान नाल तुहानूं लगदा है कि उहनां दी पहचान सही तरीके नाल लोक नहीं कर पाउंदे? किशनपुरा जी, हाँ, की तुहानूं वी इही इक वड्डा कारण नज़र आउंदा है कि पहचान सही तरीके नाल अमरीका दे लोक होण, यूरोप दे लोक होण उहनां दे विच नहीं है सिखां दी, ते ओह इसे लई टारगेट करदे ने, कि इक इही वड्डा कारण नज़र आउंदा जां होर वी तुहानूं कोई कारण नज़र आउंदे ने इहदे विच? एक तो यह वड्डा कारण हैगा जिहड़े मेरे वीर अमरिंदर सिंह उन्होंने दस्सिया, क्योंकि ये कारण काफ़ी वड्डा है। सिख तकरीबन एक सदी तो भी वध समय तो पहला दे फॉरन च बैठे ने, बहुत मुल्कां चों गए हुए ने, कनेडा अमरीका सारियां च ही, ते अमेरिकन सिख गुरद्वारा प्रबंधक कमेटी ने काफ़ी हमला इसलिए मारिया भी है, ग्लोबल सिख एक होर पार्टी बनी हुई है, काफ़ी है उन्होंने हमले मारे भी हैं कि सिखां नूं इस गल तो राहत दवाई जाए। पर सब तो वड्डी गल तो यह है कि जदों जिस वेले ये लादेन वाला प्रोग्राम होया उस वेले हिंदुस्तान का प्राइम मिनिस्टर सिख सी, ते उन्होंने उत्थे क्लीयर करने की कोशिश नहीं की कि वह सिख का प्राइम मिनिस्टर सी, ते प्राइम मिनिस्टर नूं भी मेरे ख्याल कई बार इन्हां गल्लां दा उन्होंने लिया ही नहीं, तो फिर विदेश मंत्री महाराणी परनीत कौर रही है उन्हें भी यह क्लीयर नहीं किया कि यह सिखां दी आइडेंटिटी है तो यह सिख ने। हुण दूजी वार भी यह गल है जदों की मोदी सरकार आई है, तो मोदी सरकार च हरदीप सिंह जी पुरी जिहड़े मंत्री ने ये पिछली सरकार च IAS अफसर सी, ते वड्डे विदेश सकत्तर रहे ने, विदेश विभाग च रहे ने, उन्हां दी भी एक बार बाहर जांदियां दी दस्तार की तलाशी लई सी, तो उन्होंने भी कह दिता सी कि सिख नहीं हैगे,
ਤੇ ਉਹਨਾਂ ਦੀ ਵੀ ਤਲਾਸ਼ੀ ਲਈ ਗਈ ਸੀ। ਉਹਨਾਂ ਨੇ ਪਹਿਲਾਂ ਹੀ ਸਾਡੀ ਸਰਕਾਰ ਨੇ ਨਹੀਂ ਕਲੀਅਰ ਕੀਤਾ ਹੈਗਾ, ਇਹ ਸਾਡੀ ਸਰਕਾਰ ਨੂੰ ਪਿਛਲੇ 70 ਸਾਲ ਤੋਂ ਸਿੱਖਾਂ ਨਾਲ, ਜਦੋਂ ਹਿੰਦੁਸਤਾਨ ਦੇ ਵਿੱਚ ਉਹ ਦੂਜੇ ਦਰਜੇ ਦੇ ਸ਼ਹਿਰੀਆਂ ਦਾ ਮਤਲਬ ਉਹਨਾਂ ਨਾਲ ਬਿਹੇਵ ਕਰਦੇ ਨੇ, ਤੇ ਬਾਹਰ ਤਾਂ ਸਾਡੇ ਨਾਲ ਹੋਣਾ ਹੀ ਹੈ, ਤੇ ਇੱਥੇ ਸੈਕਿੰਡ ਦਰਜੇ ਦੇ ਤਾਂ ਅਸੀਂ ਹਿੰਦੁਸਤਾਨ 'ਚ ਹੀ ਰਹਿ ਗਏ ਹਾਂ। ਤੁਸੀਂ ਕਹਿ ਰਹੇ ਹੋ ਕਿ ਸਿੱਖ ਜੇ ਭਾਰਤ ਦੇ ਮੂਲ ਨਿਵਾਸੀ ਨੇ ਤਾਂ ਭਾਰਤ ਸਰਕਾਰ ਨੂੰ ਇਹ ਮਸਲਾ ਉਦੋਂ ਹੀ ਚੱਕਣਾ ਚਾਹੀਦਾ ਸੀ ਕਿ ਉਦੋਂ ਜਦੋਂ ਇਹ ਘਟਨਾਵਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ ਚੱਕਣਾ ਚਾਹੀਦਾ ਸੀ ਉਹਨਾਂ ਨੂੰ। ਉਹਨਾਂ ਨੇ ਜਦੋਂ ਵਿਦੇਸ਼ ਘਟਨਾਵਾਂ ਸਾਹਮਣੇ ਆਈਆਂ ਤੇ ਕਿਸੇ ਨੇ ਚੱਕੀਆਂ ਨਹੀਂ ਹੈਗੀਆਂ, ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਨੇ ਚੱਕੀਆਂ। ਉਸ ਤੋਂ ਬਾਅਦ ਜਦੋਂ ਵਿਦੇਸ਼ ਸਕੱਤਰ ਫੋਰਨ 'ਚ ਜਾਂਦਾ ਉਹਦੀ ਤਲਾਸ਼ੀ ਲਈ ਜਾਂਦੀ ਹੈ, ਉਹਨੇ ਸਰਕਾਰ ਨੇ ਕੋਈ ਮਸਲਾ ਨਹੀਂ ਚੁੱਕਿਆ ਉਸ ਵੇਲੇ ਵੀ, ਤੇ ਵਿਦੇਸ਼ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਰਹੀ ਹੈ, ਉਹਨੇ ਵੀ ਕੋਈ ਸਿੱਖਾਂ ਦੀ ਆਈਡੈਂਟੀ ਬਾਰੇ ਆਲ ਓਵਰ ਵਰਲਡ 'ਚ ਇਹ ਮੈਸੇਜ ਨਹੀਂ ਦਿੱਤਾ ਕਿ ਇਹ ਸਿੱਖਾਂ ਦੀ ਆਈਡੈਂਟੀ ਹੈ, ਉਹ ਸਾਨੂੰ ਲਾਦੇਨ ਸਮਝ ਕੇ ਜਾਂ ਦੂਜੇ ਤੀਜੇ ਸਮਝ ਕੇ ਉਦੋਂ ਦਿੰਦੇ ਨੇ। ਤੇ ਉਸ ਹਮਲੇ ਤੋਂ ਬਾਅਦ ਕਿਸ਼ਨਪੁਰਾ ਜੀ, ਉਸ ਹਮਲੇ ਤੋਂ ਬਾਅਦ ਜਿਹੜੀਆਂ ਤਾਜ਼ਾ ਘਟਨਾਵਾਂ ਹੋਈਆਂ ਉਹਨਾਂ ਦੀ ਗੱਲ ਇੱਕ ਪਾਸੇ, 17 ਸਾਲ ਹੋ ਗਏ ਨੇ, ਉਹ ਤੋਂ ਬਾਅਦ ਅੱਜ ਵੀ ਉਹ ਘਟਨਾਵਾਂ ਉਸੇ ਤਰੀਕੇ ਜਾਰੀ ਨੇ, ਤਾਂ ਤੁਹਾਨੂੰ ਹੁਣ ਵੀ ਕਮੀ ਕਿੱਥੇ ਨਜ਼ਰ ਆਉਂਦੀ ਹੈ ਕਿ ਉੱਥੋਂ ਦੇ ਅਮਰੀਕਾ ਦੇ ਸਿੱਖ ਆਪਣਾ ਸਹੀ ਤਰੀਕੇ ਨਾਲ ਪ੍ਰਚਾਰ ਨਹੀਂ ਕਰ ਰਹੇ, ਉੱਥੇ ਉਹ ਲੋਕਾਂ ਨੂੰ ਜਾਗਰੂਕ ਨਹੀਂ ਕਰ ਰਹੇ, ਤੇ ਇਸ ਵਿੱਚ ਜੇਕਰ ਭਾਰਤ ਸਰਕਾਰ ਦੀ ਭੂਮਿਕਾ ਨੂੰ ਤੁਸੀਂ ਕਿਸ ਤਰੀਕੇ ਨਾਲ ਵੇਖਦੇ ਹੋ ਅੱਜ ਦੇ ਸਮੇਂ ਵਿੱਚ? ਅੱਜ ਦੇ ਸਮੇਂ 'ਚ ਇਹੀ ਹੈ ਕਿ ਹੁਣ ਵੀ ਕੈਬਨਿਟ ਮੰਤਰੀ ਨੇ ਸਰਦਾਰ ਹਰਦੀਪ ਸਿੰਘ ਜੀ ਪੁਰੀ, ਜਦੋਂ ਉਹ ਕੈਬਨਿਟ ਮੰਤਰੀ ਨੇ ਤਾਂ ਉਹਨਾਂ ਨੂੰ ਇਹ ਆਈਡੈਂਟੀ ਸਾਡੀ ਦੱਸਣੀ ਚਾਹੀਦੀ ਲੋਕਾਂ ਨੂੰ। ਜਿਹੜੀ ਅਮੈਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਹੋਰ ਗਲੋਬਲ ਸਿੱਖ ਨੇ ਜਾਂ ਹੋਰ ਦੂਜੀਆਂ ਸਿੱਖਾਂ ਦੀਆਂ ਕੋਈ ਜਥੇਬੰਦੀਆਂ ਨੇ ਇੰਗਲੈਂਡ 'ਚ ਨੇ ਜਾਂ ਦੂਜੇ ਦੇਸ਼ਾਂ 'ਚ ਨੇ, ਉਹ ਵੱਖਰੀਆਂ ਵੱਖਰੀਆਂ ਬਣੀਆਂ ਹੋਈਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਉਹ ਕਾਫੀ ਆਈਡੈਂਟੀ ਤੇ ਸਾਡੇ ਤੇ ਕੰਮ ਕਰ ਰਹੀਆਂ। ਵਿਸਾਖੀ ਦੀ ਉਹਨਾਂ ਨੇ ਅਮਰੀਕਾ 'ਚ ਛੁੱਟੀ ਵੀ ਕਰਾ ਲਈ ਹੈ, ਸ਼ਾਇਦ ਮੇਰੇ ਖਿਆਲ ਆਉਣ ਵਾਲੀ ਆ ਜਿਹੜੀ ਨਵੀਂ ਵਿਸਾਖੀ ਹੋਏਗੀ ਉਹਦੇ 'ਚ ਅਮਰੀਕਾ 'ਚ ਛੁੱਟੀ ਵੀ ਹੋ ਰਹੀ ਹੈ ਜੀ, ਤੇ ਸਿੱਖ ਡੇ ਉਹਨੂੰ ਮੰਨਿਆ ਵੀ ਜਾ ਰਿਹਾ। ਪੰਗੇਵਾਲਾ ਜੀ, ਤੁਹਾਡੇ ਧਿਆਨ 'ਚ ਕਿਹੜੀਆਂ ਪ੍ਰਸਥਿਤੀਆਂ ਨੇ ਕਿ 2001 ਦੇ ਹਮਲੇ ਦੀ ਅਸੀਂ ਵਾਰ ਵਾਰ ਗੱਲ ਕਰ ਰਹੇ ਹਾਂ ਕਿ ਉਹ ਤੋਂ ਬਾਅਦ ਟਾਰਗੇਟ ਕਰਨੇ ਸ਼ੁਰੂ ਕੀਤਾ ਗਿਆ, ਸਿਰਫ ਸਿੱਖਾਂ ਨੂੰ ਨਹੀਂ ਕੀਤਾ ਗਿਆ, ਬਾਕੀ ਤਮਾਮ ਜੋ ਹੋਰ ਧਰਮਾਂ ਦੇ ਲੋਕ ਨੇ ਉਹਨਾਂ ਨੂੰ ਵੀ ਕੀਤਾ ਗਿਆ ਬਕਾਇਦਾ? ਅਮਰੀਕਾ ਦੀਆਂ ਖੁਫੀਆ ਏਜੰਸੀਆਂ ਖੁਦ ਸਵਾਲਾਂ ਦੇ ਘੇਰੇ ਵਿੱਚ ਨੇ, ਬਹੁਤ ਸਾਰੇ ਲੋਕਾਂ ਨੂੰ ਗੈਰ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਨੇ ਹਿਰਾਸਤ ਵਿੱਚ ਵੀ ਰੱਖਿਆ। ਤੁਹਾਡੇ ਧਿਆਨ ਦੇ ਵਿੱਚ ਕੀ ਗੱਲ ਆਉਂਦੀ ਹੈ ਕਿ 17 ਸਾਲ ਬਾਅਦ ਵੀ ਕੀ ਉਹ ਸਥਿਤੀ ਅੱਜ ਵੀ ਬਰਕਰਾਰ ਹੈ, ਅਤੇ ਜੇਕਰ ਉਹ ਸਥਿਤੀ ਉੱਥੋਂ ਦੇ ਲੋਕਾਂ ਦੇ ਮਨਾਂ 'ਚੋਂ ਨਹੀਂ ਨਿਕਲ ਰਹੀ ਅਤੇ ਉਹ ਟਾਰਗੇਟ ਕਰ ਰਹੇ ਨੇ, ਤਾਂ ਉਹਦੇ ਲਈ ਜ਼ਿੰਮੇਵਾਰ ਕੌਣ ਹੈ, ਕਿਸ ਦੀ ਕਮੀ ਹੈ ਇਹਦੇ ਵਿੱਚ? ਕੁਲਵਿੰਦਰ ਜੀ, ਇਹ ਬਹੁਤ ਸੀਰੀਅਸ ਮੁੱਦਾ ਹੈ ਜਿਹੜਾ ਕਿ ਸਾਡੇ ਸਿੱਖਾਂ ਦੇ ਉੱਪਰ ਨਸਲੀ ਹਮਲੇ ਜਿਹੜੇ ਹੋ ਰਹੇ ਨੇ ਵਿਦੇਸ਼ਾਂ 'ਚ ਬੈਠਿਆਂ ਦੇ ਸਿੱਖਾਂ ਦੇ ਭਾਈਚਾਰੇ ਦੇ ਉੱਪਰ ਜਾਂ ਹੋਰ ਧਰਮਾਂ ਦੇ ਲੋਕਾਂ ਦੇ ਉੱਪਰ ਜਿਹੜੇ ਨਸਲੀ ਹਮਲੇ ਹੋ ਰਹੇ ਨੇ, ਲਦੇਨ ਨਾਲ ਜੋੜ ਕੇ ਸਾਡੇ ਸਿੱਖਾਂ ਨੂੰ ਵੇਖਿਆ ਜਾ ਰਿਹਾ, ਸਾਡੇ ਹਿੰਦੁਸਤਾਨ ਵਾਸੀਆਂ ਨੂੰ ਦੇਖਿਆ ਜਾ ਰਿਹਾ। ਮੈਂ ਸਮਝਦਾ ਹਾਂ ਵੀ ਸਾਡੇ ਜਿਹੜੀ ਉੱਥੇ ਲੀਡਰਸ਼ਿਪ ਹੈ, ਜਿਹੜੀਆਂ ਉੱਥੇ ਜਥੇਬੰਦੀਆਂ ਬੈਠੀਆਂ, ਉਹਨਾਂ ਨੂੰ ਲੋੜ ਹੈ ਹੋਰ ਹਮਲਾ ਮਾਰਨ ਦੀ, ਲੋੜ ਹੈ ਉਹਨਾਂ ਨੂੰ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ। ਮੈਂ ਪਿੱਛੇ ਜੇ ਵੀਡੀਓ ਵੇਖ ਰਿਹਾ ਸੀ 2-4 ਦਿਨ ਪਹਿਲਾਂ, ਪ੍ਰਧਾਨਗੀ ਪਿੱਛੇ ਲੜ ਰਹੇ ਨੇ, ਇੱਕ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਪਿੱਛੇ ਦਸਤਾਰਾਂ ਇੱਕ ਦੂਜੇ ਦੀਆਂ ਅਸੀਂ ਆਪ ਲਾ ਰਹੇ ਹਾਂ, ਇਵੇਂ ਹਿੰਦੁਸਤਾਨ 'ਚ ਲਾਜ ਹੈ, ਹਾਲ ਹੈ ਸਾਰਾ। ਜਿਹੜਾ ਅਸੀਂ ਸਿੱਖ ਭਾਈਚਾਰਾ ਜਾਂ ਹਿੰਦੂ ਭਾਈਚਾਰਾ, ਅਸੀਂ ਇਕੱਠੇ ਨਹੀਂ ਬੈਠ ਸਕਦੇ, ਇਕੱਠੇ ਨਹੀਂ ਹਿੰਦੁਸਤਾਨ ਦੀ ਗੱਲ ਕਰ ਸਕਦੇ, ਦੇਸ਼ ਦੀ ਅਖੰਡਤਾ ਦੇ ਵਾਸਤੇ, ਦੇਸ਼ ਦੀ ਏਕਤਾ ਵਾਸਤੇ ਗੱਲ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਕੀ ਡੰਟੀ ਦੇਵਾਂਗੇ? ਸਾਡੇ 'ਚ ਆਪਣੇ 'ਚ ਕਮੀ ਹੈ, ਸਾਡੇ ਲੋਕਾਂ 'ਚ ਆਪਣੇ 'ਚ ਕਮੀ ਹੈ, ਸਾਨੂੰ ਆਪਣੀ ਕਮੀ ਦੂਰ ਕਰਨੀ ਪਏਗੀ। ਸਿੱਖ ਧਰਮ ਦੇ ਜਿਹੜੇ ਲੋਕ ਹੈ ਉਹਨਾਂ ਦੀ ਪਛਾਣ ਦੱਸਣ ਦੀ ਲੋੜ ਨਹੀਂ, ਬੜੇ ਗੁਰੂ ਸਾਡੇ ਗੁਰੂਆਂ ਪੀਰਾਂ ਨੇ ਬੜੀਆਂ ਕੁਰਬਾਨੀਆਂ ਦੇ ਕੇ ਇਹ ਸਿੱਖ ਧਰਮ ਦੀ ਸਿਰਜਣਾ ਕੀਤੀ ਹੈ। ਪਹਿਚਾਣ ਦੱਸਣ ਦੀ ਲੋੜ ਹੈ ਨਾ, ਤੁਹਾਨੂੰ ਫਿਰ ਤੁਹਾਨੂੰ ਕਾਰਨ ਕੀ ਨਜ਼ਰ ਆਉਂਦੇ ਜੇ ਪਹਿਚਾਣ ਦੱਸਣ ਦੀ ਲੋੜ ਨਹੀਂ ਕਿਸੇ ਨੂੰ? ਕਾਰਨ ਮੈਂ ਕੁਲਵਿੰਦਰ ਜੀ ਇਹ ਦੱਸਿਆ ਵੀ ਸਾਨੂੰ ਕਾਰਨ ਇਹ ਦੱਸਿਆ ਵੀ ਪਹਿਲਾਂ ਜਿਹੜੀਆਂ ਸਰਕਾਰਾਂ ਰਹੀਆਂ ਨੇ ਸਾਡੇ ਮਾਨਯੋਗ ਨਰਿੰਦਰ ਮੋਦੀ ਤੋਂ ਪਹਿਲਾਂ, ਉਹਨਾਂ ਨੇ ਕੋਈ ਨੋਟਿਸ ਨਹੀਂ ਲਿਆ ਸਾਡੀ ਹਿੰਦੁਸਤਾਨ ਦੀ ਸਰਕਾਰ ਨੇ। ਮੈਂ ਲੋਕ ਸਭਾ ਦੇ ਵਿੱਚ ਆਪ ਉੱਥੇ ਵਿਜਿਟ ਕਰਨ ਵਾਸਤੇ ਗਿਆ ਸੀ, ਦੇਖਣ ਵਾਸਤੇ ਗਿਆ ਸੀ, ਮੇਰੇ ਸਾਹਮਣੇ ਅਕਾਲੀ ਦਲ ਅਤੇ ਬੀਜੇਪੀ ਦਾ ਵਫਦ ਮਾਨਯੋਗ ਰਾਜਨਾਥ ਸਿੰਘ ਜੀ ਨੂੰ ਮਿਲਿਆ, ਜਿਨ੍ਹਾਂ ਨੇ ਇਹ ਨਸਲਕੁਸ਼ੀ ਦੇ ਮੁੱਦੇ ਨੂੰ ਲੈ ਕੇ ਔਰ ਜਿਹੜੇ ਸਿੱਖਾਂ 'ਤੇ ਹਮਲੇ ਹੋ ਰਹੇ ਨੇ ਇਹਨਾਂ ਨੂੰ ਲੈ ਕੇ ਸਾਰੀ ਉਹਨਾਂ 'ਤੇ ਆਵਾਜ਼ ਉਠਾਈ ਹੈ। ਉਹਨਾਂ ਨੇ ਬਕਾਇਦਾ ਨੋਟਿਸ ਵੀ ਲਿਆ, ਉੱਥੋਂ ਦੀ ਸਰਕਾਰ ਨੂੰ ਲਿਖ ਕੇ ਵੀ ਭੇਜਿਆ ਜੋ ਬਣਦੀ ਹੈ ਕਾਰਵਾਈ ਕਰਨ ਵਾਸਤੇ ਉਹਨਾਂ ਨੇ ਕਿਹਾ। ਅਮਰਿੰਦਰ ਸਿੰਘ ਜੀ, ਤੁਹਾਨੂੰ ਕੀ ਨਜ਼ਰ ਆਉਂਦਾ ਕਿ ਉੱਥੋਂ ਦੇ ਸਿੱਖ ਆਪਣੀ ਪਹਿਚਾਣ ਨੂੰ ਲੈ ਕੇ ਉਹ ਇਸ ਗੱਲ ਨੂੰ ਸਮਝਦੇ ਨੇ ਚੰਗੀ ਤਰ੍ਹਾਂ ਕਿ ਇਹ ਪਹਿਚਾਣ ਦੀ ਗਲਤੀ ਵੀ ਹੈ, ਉਹਨਾਂ ਵੱਲੋਂ ਕੀ ਕੁਝ ਕਾਰਵਾਈ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਇੰਨੇ ਸਾਲਾਂ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ ਹੈ ਕਿ ਆਪਣੀ ਪਹਿਚਾਣ ਨੂੰ ਸਹੀ ਤਰੀਕੇ ਸਥਾਪਿਤ ਕਰ ਸਕਣ, ਅਤੇ ਇਹਦੇ ਵਿੱਚ ਭਾਰਤ ਸਰਕਾਰ ਦੀ ਕੀ ਕੁਝ ਭੂਮਿਕਾ ਰਹਿਣੀ ਚਾਹੀਦੀ ਹੈ ਤੁਹਾਡੇ ਮੁਤਾਬਕ? ਦੇਖੋ ਕੁਲਵਿੰਦਰ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਭਾਰਤ ਸਰਕਾਰ ਦੀ ਭੂਮਿਕਾ ਬੜੀ ਨੈਗੇਟਿਵ ਹੈ। ਭਾਰਤ ਸਰਕਾਰ ਨੇ ਦਸਤਾਰ ਦੇ ਮੁੱਦੇ 'ਤੇ ਕਦੀ, ਭਾਵੇਂ ਉਹ ਫਰਾਂਸ ਦੀ ਗੱਲ ਹੋਵੇ, ਫਰਾਂਸ ਦੇ ਵਿੱਚ ਦਸਤਾਰ ਦਾ ਜਿਹੜਾ ਮਸਲਾ ਚੱਲਿਆ ਬਹੁਤ ਗੰਭੀਰ ਮਸਲਾ ਸੀਗਾ, ਉਹਦੇ ਉੱਤੇ ਵੀ
ਭਾਰਤ ਸਰਕਾਰ ਨੇ ਕੋਈ ਸਿੱਖਾਂ ਦੀ ਮਦਦ ਨਹੀਂ ਕੀਤੀ, ਜਦੋਂ ਕਿ ਇੱਥੇ ਵੀ ਬਹੁਤ ਪ੍ਰੈਸ਼ਰ ਪਾਇਆ ਗਿਆ ਗੌਰਮੈਂਟ 'ਤੇ ਕਿ ਤੁਸੀਂ ਫਰਾਂਸ ਗੌਰਮੈਂਟ ਦੇ ਨਾਲ ਟੇਕਅਪ ਕਰੋ, ਲੇਕਿਨ ਉਹਨਾਂ ਨੇ ਕੋਈ ਉਹਦੇ ਵਿੱਚ ਗੱਲ ਨਹੀਂ ਕੀਤੀ, ਉਹਦੇ ਨਾਲ ਇਹਨਾਂ ਵਪਾਰਕ ਸੰਬੰਧ ਵੀ ਹੈਗੇ ਆ, ਉਸ ਦੇ ਬਾਵਜੂਦ ਨਹੀਂ ਕੀਤੀ। ਲੇਕਿਨ ਜਿੱਥੇ ਤੱਕ ਉੱਥੇ ਜਿਹੜਾ ਕਾਮਨ ਸਿੱਖ ਹੈਗਾ, ਛੋਟੀ ਮੋਟੀ ਜਥੇਬੰਦੀਆਂ ਆਪਣੇ ਜਿੰਨੀ ਉਹਨਾਂ ਦੀ ਸਮਰੱਥਾ ਹੈ ਉਹਦੇ ਹਿਸਾਬ ਨਾਲ ਆਪਣਾ ਜ਼ੋਰ ਲਾ ਰਹੇ ਹਾਂ, ਲੇਕਿਨ ਜੇ ਇੱਕ ਐਜ਼ ਅ ਨੇਸ਼ਨ ਜੇ ਹੈਗੀ ਹੈ ਉਹਦੇ ਵਿੱਚ ਵਰਲਡ ਵਾਈਡ ਸਿੱਖਾਂ ਦੀ ਜੇ ਪਿੱਠ ਦੇ ਉੱਪਰ ਹਿੰਦੁਸਤਾਨ ਸਰਕਾਰ ਖੜੀ ਹੁੰਦੀ ਅਤੇ ਥੋੜ੍ਹਾ ਇਹਦੇ 'ਤੇ ਰਾਹਤ ਮਿਲ ਸਕਦੀ ਸੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਸੀ, ਲੇਕਿਨ ਉਹਦੇ ਉੱਪਰ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ ਹੈ। ਕੀ ਤੁਹਾਨੂੰ ਲੱਗਦਾ ਕਿ ਭਾਰਤ ਵਿੱਚ ਵੀ ਸਿੱਖ ਜਿਹੜੇ ਨੇ ਉਹ ਆਪਣੀ ਪਹਿਚਾਣ ਨੂੰ ਲੈ ਕੇ ਲੜ ਰਹੇ ਨੇ, ਭਾਰਤ ਵਿੱਚ ਵੀ ਇਸ ਤਰੀਕੇ ਦੀ ਸਥਿਤੀ ਹੈ? ਉਹਦੇ 'ਚ ਤਾਂ ਸੁਪਰੀਮ ਕੋਰਟ 'ਚ ਕੇਸ ਚੱਲ ਰਹੇ ਹੈ, ਦਸਤਾਰ ਦਾ ਮਸਲਾ ਕੱਲ੍ਹ ਹਰਦੀਪ ਪੁਰੀ ਦਾ ਹੋ ਕੇ ਹਟਿਆ, ਚੰਡੀਗੜ੍ਹ ਦੇ ਵਿੱਚ ਹੈਲਮਟ ਦਾ ਮਸਲਾ ਚੱਲ ਰਿਹਾ ਕਿ ਜ਼ਬਰਦਸਤੀ ਸਿੱਖਾਂ ਨੂੰ ਹੈਲਮਟ ਪਵਾਈ ਜਾ ਰਹੀ ਹੈ ਸਿੱਖ ਬੀਬੀਆਂ ਨੂੰ, ਦਿਨ ਰਾਤ ਅਸੀਂ ਦੇਖਦੇ ਹਾਂ ਕਿ ਬਈ ਅਖਬਾਰਾਂ ਦੇ ਵਿੱਚ ਖਬਰਾਂ ਆਉਂਦੀਆਂ ਕਿ ਕਾਰ ਉਤਾਰੋ, ਬੱਚੇ ਐਗਜ਼ਾਮ ਦੇਣ ਜਾਂਦੇ ਹੈ ਕੜੇ ਉਤਾਰ ਕੇ ਐਗਜ਼ਾਮ ਦੇ ਵਿੱਚ ਜਾਓ, ਅਤੇ ਇਹ ਜਿਹੀਆਂ ਘਟਨਾਵਾਂ ਤਾਂ ਸਾਨੂੰ ਦੇਖਣ ਨੂੰ ਹਿੰਦੁਸਤਾਨ ਦੇ ਵਿੱਚ ਮਿਲ ਰਹੀਆਂ। ਸਾਨੂੰ ਮਤਲਬ ਜਿਹੜੀ ਰਿਲੀਜੀਅਸ ਸਾਡੇ ਚਿੰਨ ਹੈਗੇ ਆ ਉਹਨਾਂ ਦੇ ਉੱਪਰ ਪੂਰੀ ਜਾਗਰੂਕਤਾ ਨਹੀਂ ਹੈ ਗਵਰਨਮੈਂਟ। ਚੁਪੰਗੇਵਾਲ ਜੀ ਕਹਿ ਰਹੇ ਨੇ ਕਿ ਪਿਛਲੀ ਸਰਕਾਰ ਦੇ ਵੇਲੇ ਧਿਆਨ ਨਹੀਂ ਸੀ ਦਿੱਤਾ ਜਾਂਦਾ, ਹੁਣ ਧਿਆਨ ਦਿੱਤਾ ਜਾ ਰਿਹਾ, ਤੁਹਾਨੂੰ ਲੱਗਦਾ ਹੁਣ ਧਿਆਨ ਦਿੱਤਾ ਜਾ ਰਿਹਾ? ਨਹੀਂ, ਕਿਸੇ ਨੇ ਨਹੀਂ ਕੀਤਾ ਜੀ, ਨਾ ਪਿਛਲੀ ਨੇ ਦਿੱਤਾ ਨਾ ਹੁਣ ਵਾਲਿਆਂ ਨੇ ਦਿੱਤਾ, ਉਸ ਮੁੱਦੇ ਦੇ ਉੱਪਰ ਕਿਸੇ ਨੇ ਧਿਆਨ ਨਹੀਂ ਦਿੱਤਾ ਤੇ ਇਹ ਇੱਕ ਸਿੱਖਾਂ ਦੀ ਬਹੁਤ ਵੱਡੀ ਤ੍ਰਾਸਦੀ ਹੈ ਇਹ। ਕਿਸ਼ਨਪੁਰਾ ਜੀ, ਤੁਸੀਂ ਪੰਗੇਵਾਲ ਜੀ ਦੇ ਬਿਆਨ ਨਾਲ ਸਹਿਮਤ ਹੋ ਕਿ ਅੱਜ ਦੀ ਸਰਕਾਰ ਧਿਆਨ ਦੇ ਰਹੀ ਹੈ, ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ, ਤੇ ਦੂਜੀ ਗੱਲ ਕੀ ਤੁਹਾਨੂੰ ਲੱਗਦਾ ਕਿ ਜੋ ਸਥਿਤੀ ਅਮਰੀਕਾ ਦੀ ਅਸੀਂ ਵਿਚਾਰ ਰਹੇ ਹਾਂ ਕਿ ਉੱਥੇ ਆਈਡੈਂਟੀ ਦਾ ਕ੍ਰਾਈਸਿਸ ਉਹਨਾਂ ਨੂੰ ਝੱਲਣਾ ਪੈ ਰਿਹਾ ਹੈ, ਉਹ ਉਸੇ ਤਰ੍ਹਾਂ ਦੀ ਸਥਿਤੀ ਉਹ ਭਾਰਤ ਵਿੱਚ ਵੀ ਇਸ ਤਰੀਕੇ ਦੀ ਸਥਿਤੀ ਵਿੱਚੋਂ ਲੰਘ ਰਹੇ ਨੇ? ਭਾਰਤ 'ਚ ਅਸੀਂ ਇਹੋ ਜਿਹੀ ਸਥਿਤੀ 'ਚ ਲੰਘ ਰਹੇ, ਤੁਹਾਡੇ ਟੀ ਵੀ ਚੈਨਲ 'ਤੇ ਆ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਹਨੂੰਮਾਨਗੜ੍ਹ ਦੀ ਖਬਰ ਆ ਰਹੀ ਸੀ, ਅਸੀਂ ਸਾਹਮਣੇ ਦੇਖ ਰਹੇ ਸੀ, ਮੇਰੇ ਖਿਆਲ ਅਜੇ ਵੀ ਚੱਲ ਰਹੀ ਸੀ ਪਿੱਛੇ ਜੀ, ਕਿ ਉੱਥੇ ਸਕੂਲ 'ਚ ਬੱਚਿਆਂ ਦੇ ਕਕਾਰ ਲਾ ਦਿੱਤੇ ਗਏ ਆ, ਉਹ ਜਦੋਂ ਤੁਸੀਂ ਉਹ ਇੱਥੇ ਹਿੰਦੁਸਤਾਨ ਦੇ ਵਿੱਚ ਅਸੀਂ ਸੁਰੱਖਿਅਤ ਨਹੀਂ ਹੈਗੇ, ਅਸੀਂ ਬਾਹਰ ਕਿੱਥੇ ਹੋਵਾਂਗੇ? ਜਦੋਂ ਫਰਾਂਸ ਵਿੱਚ ਪਗੜੀ ਦਾ ਮਸਲਾ ਚੱਲ ਰਿਹਾ ਸੀ, ਹਿੰਦੁਸਤਾਨ ਦੇ ਵਿੱਚ ਪ੍ਰਾਈਮ ਮਿਨਿਸਟਰ ਸਰਦਾਰ ਸੀ ਜੀ, ਉਲਟਾ ਉਹਨਾਂ ਨੇ ਪਾਲਸੀ ਫਰਾਂਸ ਨੂੰ ਜਿਹੜਾ ਉੱਥੋਂ ਮਰਸਲ ਹੱਲ ਕਰਦਾ ਸੀ ਫੜ ਕੇ ਇੱਥੇ ਹਿੰਦੁਸਤਾਨ 'ਚੋਂ ਜੇਲ੍ਹ 'ਚ ਬੰਦ ਕਰ ਦਿੱਤਾ ਸੀ, ਉਹ ਵਿਚਾਰਾ ਕਈ ਸਾਲ ਪਿੱਛੋਂ ਰਿਹਾ ਹੋਇਆ। ਸਾਡਾ ਤਾਂ ਉਲਟੇ ਸਾਡੇ 'ਤੇ ਇੱਥੇ ਕੇਸ ਹਿੰਦੁਸਤਾਨ 'ਚ ਬਣ ਜਾਂਦੇ ਨੇ ਅਤੇ ਬਾਹਰਲਿਆਂ 'ਤੇ ਤਾਂ ਬਣਨੇ ਹੀ ਬਣਨੇ ਹੈ। ਪੰਗੇਵਾਲ ਜੀ ਕੀ ਕਹੋਗੇ, ਹਨੂੰਮਾਨਗੜ੍ਹ ਦੀ ਘਟਨਾ ਦਾ ਵੀ ਜ਼ਿਕਰ ਹੁਣ ਆਇਆ ਹੈ ਅਤੇ ਕੱਲ੍ਹ ਦੀ ਇਹ ਘਟਨਾ ਹੈ, ਸਿੱਖ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਪ੍ਰੀਖਿਆ ਕੇਂਦਰ 'ਚ ਜਾਣ ਤੋਂ ਰੋਕ ਦਿੱਤਾ ਗਿਆ, ਬਹੁਤ ਸਾਰੇ ਬੱਚੇ ਪੇਪਰ ਨਹੀਂ ਦੇ ਸਕੇ। ਹੁਣ ਸਵਾਲ, ਹੁਣ ਜਿਵੇਂ ਕਿਸ਼ਨਪੁਰਾ ਜੀ ਵੀ ਚੁੱਕ ਰਹੇ ਨੇ ਕਿ ਅਸੀਂ ਆਪਣੇ ਹੀ ਮੁਲਕ ਦੇ ਵਿੱਚ ਸਿੱਖਾਂ ਨੂੰ ਇਸ ਤਰੀਕੇ ਨਾਲ ਬੇਗਾਨਗੀ ਜੇ ਝੱਲਣੀ ਪੈ ਰਹੀ ਹੈ ਤਾਂ ਬਾਹਰ ਦੀ ਤਾਂ ਸਥਿਤੀ ਫਿਰ ਕੌਣ ਸੰਭਾਲੇਗਾ? ਉਹ ਤੋਂ ਬਾਅਦ ਦੀ ਗੱਲ ਚੱਲ। ਦੇਖੋ ਜੀ, ਇਹ ਜਿਹੜਾ ਮਸਲਾ ਹਨੂੰਮਾਨਗੜ੍ਹ ਸਾਹਿਬ ਦਾ ਹੈਗਾ, ਜਿਹੜਾ ਰਾਜਸਥਾਨ ਸਟੇਟ ਦੇ ਅੰਦਰ ਆਇਆ ਹੈ, ਇਹ ਮੇਰੇ ਵੀ ਨੋਟਸ 'ਚ ਹੈਗਾ, ਮੈਂ ਵੀ ਉਹਨੂੰ ਦੇਖਿਆ, ਪੜ੍ਹਿਆ, ਸੁਣਿਆ, ਪਰ ਉਹ ਜਿਹੜੀ ਉੱਥੇ ਇੱਕ ਘਟਨਾ ਜਿਹੜੀ ਵਾਪਰੀ ਹੈ ਉਹਦਾ ਕੋਈ ਮਤਲਬ ਹੋਰ ਸੀ, ਉਹਨੂੰ ਜੋੜ ਦਿੱਤਾ ਗਿਆ ਇਸ ਨਾਲ, ਪਰ ਉੱਥੇ ਜਿਹੜੇ ਜਿਹਨਾਂ ਲੋਕਾਂ ਨੇ ਉਹ ਇਹਦੀ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ 'ਤੇ ਪਰਚਾ ਦਰਜ ਹੋ ਗਿਆ, ਬਕਾਇਦਾ ਉਹਨਾਂ ਦੀ ਜਿਹੜੀ ਪ੍ਰਸ਼ਾਸਨ ਆ ਉਹਨਾਂ ਨੂੰ ਨੋਟਿਸ 'ਚ ਲਿਆ ਗਿਆ, ਸਾਡਾ ਘੱਟ ਗਿਣਤੀ ਕਮਿਸ਼ਨ ਬਣਿਆ, ਮਨਜੀਤ ਸਿੰਘ ਰਾਏ ਜਿਹੜੇ ਮੈਂਬਰ ਹੈਗੇ ਨੇ ਉਹਨਾਂ ਨੇ ਨੋਟਿਸ ਲਿਆ ਬਕਾਇਦਾ। ਇੱਥੇ ਵੀ ਪੁੱਛਿਆ ਜਾ ਰਿਹਾ, ਅੱਜ ਵੀ ਦੇਸ਼ ਵਿੱਚ ਇਹ ਪੁੱਛਿਆ ਜਾ ਰਿਹਾ ਕਿ ਦਸਤਾਰ ਦੀ ਅਹਿਮੀਅਤ ਕੀ ਹੈ ਸਿੱਖ ਦੇ ਲਈ, ਫਿਰ ਉਸ ਸਥਿਤੀ ਨੂੰ ਕੀ ਉਹ ਉਸ ਤਰੀਕੇ ਨਾਲ ਨਾ ਸਮਝਣ, ਤੁਸੀਂ ਵੱਖ ਕਿਵੇਂ ਕਰਦੇ ਹੋ ਦੋਵਾਂ ਸਥਿਤੀਆਂ ਨੂੰ? ਮੈਂ ਪਹਿਲਾਂ ਵੀ ਗੱਲ ਕਰਨਾ, ਮੈਂ ਭਾਰਤੀ ਜਨਤਾ ਪਾਰਟੀ ਤੋਂ ਬਿਲੋਂਗ ਕਰਦਾ, ਪਰ ਮੈਂ ਸਿੱਖ ਪਹਿਲਾਂ, ਮੈਂ ਮੁਕਤਸਰ ਨੂੰ ਬਿਲੋਂਗ ਕਰਦਾ, ਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ। ਮੇਰੀ ਇੱਕ ਬੇਨਤੀ ਹੈ, ਸਾਡੇ ਸਿੱਖਾਂ ਦੇ ਵਿੱਚ ਵੀ ਬਹੁਤ ਵੱਡੀ ਕਮੀ ਹੈ, ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੁੰਦੇ, ਇੱਕ ਦੂਜੇ ਨੂੰ ਪਹਿਲਾਂ ਲੜਾਈ ਵਾਲੇ ਪਾਸੇ ਚੱਲਦੇ ਹਾਂ, ਨਾ ਸਾਡੀ ਸ਼੍ਰੋਮਣੀ ਕਮੇਟੀ ਕੋਈ ਠੋਸ ਕਦਮ ਉਠਾਉਂਦੀ ਹੈ, ਨਾ ਸਾਡੇ ਸਿੱਖ ਜਿਹੜੇ ਜਥੇਬੰਦੀਆਂ ਉਹ ਇੱਕ ਪਲੇਟਫਾਰਮ ਤੇ ਇਕੱਠੀਆਂ ਹੁੰਦੀਆਂ। ਜੇ ਅਸੀਂ ਉਹ ਪਿੱਛੇ ਤੁਸੀਂ ਦੇਖਿਆ ਹੋਣਾ ਰਣਜੀਤ ਸਿੰਘ ਟੰਡਰੀਆਂ ਵਾਲਾ ਤੇ ਧੁੰਮਾ ਜੀ ਕਿੱਦਾਂ ਲੜਾਈ ਲੜ ਰਹੇ ਨੇ, ਕਿੱਦਾਂ ਇੱਕ ਦੂਜੇ ਨੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਦਸ਼ਰਿਆਮ ਦੇ ਰਹੇ ਨੇ, ਕਿੱਦਾਂ ਪੰਜਾਬ ਦੇ ਅੰਦਰ ਪਿੰਡਰਾਂਵਾਲੀ ਦੇ ਜਿਹੜੇ ਮੈਂ ਪੋਸਟਰ ਵਗੈਰਾ ਲਾ ਕੇ ਹਿੰਦੂ ਸਿੱਖ ਭਾਈਚਾਰੇ ਦੇ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਹੜਾ ਪਿਛਲੇ 84 ਦੇ ਵਿੱਚ ਮੇਰੀ ਬੇਨਤੀ ਹੈ ਕਿ ਤੁਸੀਂ ਜਿਹੜਾ ਸਾਡੇ ਪੰਜਾਬ ਨੇ ਪਹਿਲਾਂ ਸੰਤਾਪ ਹੋ ਗਿਆ ਉਹ ਤਾਂ ਦੂਰ ਲਿਜਾਣ ਵਾਸਤੇ ਮੇਰੀ ਬੇਨਤੀ ਹੈ, ਇਕੱਠੇ ਹੋਣ ਦੀ ਭਾਵੇਂ ਉਹ ਹਿੰਦੂ ਆ ਭਾਵੇਂ ਉਹ ਸਿੱਖ ਆ। ਕੀ ਸਮਝਦੇ ਹੋ ਤੁਸੀਂ ਜਿਹੜੀ ਵਿਦੇਸ਼ ਦੇ ਵਿੱਚ ਘਟਨਾ ਵਾਪਰੀ ਹੈ ਤੇ ਜਿਹੜੀਆਂ ਇੱਥੇ ਘਟਨਾਵਾਂ ਦਾ ਜ਼ਿਕਰ ਕਰ ਰਹੇ ਨੇ ਭਾਈ ਅਮਰਿੰਦਰ ਸਿੰਘ ਜੀ ਕਰ ਰਹੇ ਹੁਣ ਪਹਿਲਾਂ ਕਿਸ਼ਨਪੁਰਾ ਜਿਹੜੀ ਇੱਥੇ ਘਟਨਾ ਵਾਪਰੀ ਹੈ ਤੇ ਸਾਡੀ ਸਿੱਖ ਜਥੇਬੰਦੀਆਂ ਦੀ ਇੱਥੇ ਵੀ ਕਮੀ ਹੈ ਤੇ ਉੱਥੇ ਵੀ ਜਥੇਬੰਦੀਆਂ ਦੀ ਕਮੀ ਹੈ, ਪਰ ਜਦੋਂ ਕੋਈ ਸਿੱਖ ਇੱਥੋਂ ਬਾਹਰ ਗਿਆ ਬਾਹਰ ਜਾਏਗਾ, ਸਾਡੀ ਸਰਕਾਰ ਨੇ ਜੋ ਨੋਟਿਸ ਲੈਣਾ ਸੀ ਉਹ ਲਿਆ ਗਿਆ, ਰਾਜਨਾਥ ਸਿੰਘ ਜੀ ਨੇ ਬਕਾਇਦਾ ਲਿਖ ਕੇ ਕੇਂਦਰ ਵੱਲੋਂ ਉਸ ਦਿਨ ਦੀ ਅਮਰੀਕਾ ਦੀ ਸਰਕਾਰ ਨੂੰ ਭੇਜਿਆ। ਪੰਗੇਵਾਲ ਜੀ, ਤੁਸੀਂ ਅੰਦਰੂਨੀ ਮਸਲਿਆਂ ਦੀ ਗੱਲ ਕਰ ਰਹੇ ਹੋ ਨਾ, ਤੁਸੀਂ ਅੰਦਰੂਨੀ ਮਸਲਿਆਂ ਦੀ ਗੱਲ ਕਰ ਰਹੇ ਹੋ ਕਿ ਜੋ ਜੇ ਦੋ ਧਰਮ ਪ੍ਰਚਾਰਕ ਲੜ ਰਹੇ ਨੇ ਤਾਂ ਉਹ ਤਾਂ ਉਹਨਾਂ ਦਾ ਇੱਕ ਅੰਦਰੂਨੀ
ਅਸੀਂ ਤਿੰਨ ਬੰਦੇ ਬੈਠੇ ਆ ਦਾੜੀ ਕੇਸਾਂ ਵਾਲੇ ਆ ਤਾਂ ਸਿੱਖ ਤਾਂ ਦਾੜੀ ਕੇਸਾਂ ਤੋਂ ਬਗੈਰ ਸਿੱਖ ਹੀ ਨਹੀਂ ਹੈਗਾ। ਦੇਖੋ ਸਹਿਜਧਾਰੀ ਵੀ ਸਿੱਖ ਹੈ, ਦਾੜੀ ਕੇਸਾਂ ਵਾਲੇ ਸਿੱਖਾਂ ਦੀ ਜੇ ਮੈਂ ਗੱਲ ਕਰਾਂ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਦਾੜੀ ਕੇਸ ਵਾਲੇ ਸਿੱਖ ਬਹੁਤ ਸਾਬਤ ਸੂਰਤ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਾਬਤ ਬਣਾਇਆ, ਮੈਂ ਮੰਨਦਾ ਮੇਰੀ ਦਾੜੀ ਕੇਸ ਕੱਟੇ ਹੋਏ ਆ, ਪਰ ਅਸੀਂ ਕਦੇ ਕੋਈ ਖਿਲਾਫ ਨਹੀਂ ਜਾਂਦੇ, ਸਿੱਖ ਧਰਮ ਦੀ ਮਰਜ਼ਾਦਾ ਦੇ ਉਲੰਘਣ ਕਰਦੇ ਕੋਈ, ਜਿਹੜੇ ਲੋਕ ਕੁਰਬਾਨਾ ਪਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਪੀੜਾਂ ਚੁੱਕ ਕੇ ਸਾੜਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਕਰਦੇ ਨੇ, ਕੁਰਬਾਨਾ ਪਾ ਕੇ ਕਰਨੈਲ ਸਿੰਘ ਜੀ, ਇਹ ਜੋ ਕਿੱਥੋਂ ਸਿੱਖ ਨੇ? ਹਾਂ, ਅਸੀਂ ਗੱਲ ਕਰ ਰਹੇ ਸੀ ਕਿ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਇਹ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਵਾਰ ਵਾਰ, ਕਿ ਉਹਨਾਂ ਨੂੰ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਪਹਿਚਾਣ ਦੇ ਨਾਲ ਜੁੜਿਆ ਹੋਇਆ ਮਸਲਾ ਹੈ ਕਿ ਵਿਦੇਸ਼ੀ ਲੋਕ ਸਿੱਖਾਂ ਦੀ ਗਲਤ ਪਹਿਚਾਣ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ, ਅਤੇ ਇਹਦੇ ਵਿੱਚ ਤੁਸੀਂ ਭੂਮਿਕਾ ਕੀ ਸਮਝਦੇ ਹੋ, ਇੱਕ ਜੋ ਉੱਥੋਂ ਵੱਸ ਰਹੇ ਸਿੱਖ ਭਾਈਚਾਰਾ ਹੈ ਉਹਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ, ਅਤੇ ਜੇ ਭਾਰਤ ਸਰਕਾਰ ਦੀ ਇਹਦੇ ਵਿੱਚ ਕੀ ਭੂਮਿਕਾ ਤੁਸੀਂ ਸਮਝਦੇ ਹੋ? ਦੇਖੋ ਕੁਲਵਿੰਦਰ ਜੀ, ਇਹਦੇ ਵਿੱਚ ਮੇਨ ਗੱਲ ਤਾਂ ਇਹ ਆ ਕਿ ਹਰ ਸਮਾਜ ਦੇ ਵਿੱਚ, ਹਰ ਦੇਸ਼ ਦੇ ਵਿੱਚ ਕੁਝ ਬੈਡ ਐਲੀਮੈਂਟਸ ਹੈਗੇ ਨੇ ਜਿਹੜੇ ਕਿ ਫਿਰਕੂ ਵਸਾਦ ਕਰਕੇ ਆਪਣਾ ਸਮਾਂ ਜਿਹੜਾ ਬਤੀਤ ਕਰਦੇ ਆ, ਚਾਹੇ ਉਹ ਇੰਡੀਆ ਦੇ ਵਿੱਚ ਹੋਵੇ ਚਾਹੇ ਵਿਦੇਸ਼ਾਂ ਦੇ ਵਿੱਚ। ਕੁਝ ਲੋਕ ਇਸ ਤਰ੍ਹਾਂ ਦੇ ਹੈਗੇ ਨੇ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਔਰ ਸਿੱਖ ਕੌਮ ਪ੍ਰਤੀ ਇੱਕ ਵੱਖਰੇ ਕਿਸਮ ਦਾ ਆਪਣੇ ਵਿਚਾਰ ਰੱਖਦੇ ਨੇ। ਸੋ ਜਿਹੜਾ ਸਿੱਖੀ ਸਰੂਪ ਹੈ ਉਸ ਦੀ ਆਈਡੈਂਟੀ ਮਿਸਟੇਕਨ ਦੀ ਜਿਹੜੀ ਗੱਲ ਚੱਲ ਰਹੀ ਹੈ ਕੋਈ ਅੱਜ ਦੀ ਨਹੀਂ ਹੈਗੀ ਇਸ ਦੇ ਉੱਪਰ, ਕਿਉਂਕਿ ਦੁਨੀਆ ਦੇ ਵਿੱਚ ਜਦੋਂ ਸਿੱਖ ਕੌਮ ਵਿਚਰ ਰਹੀ ਹੈ ਤਾਂ ਮੈਂ ਮਹਿਸੂਸ ਕਰਦਾ ਕਿ ਉਸ ਦੇ ਕੁਝ ਲੋਕ ਜਿਹੜੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਪ੍ਰਤੀ ਉੱਥੋਂ ਦੀਆਂ ਸਰਕਾਰਾਂ ਦਾ ਫਰਜ਼ ਬਣਦਾ ਕਿ ਉਹ ਉਹਨਾਂ ਪ੍ਰਤੀ ਸਖਤੀ ਵਰਤੇ, ਔਰ ਸਾਡਾ ਜਿਹੜਾ ਫਰਜ਼ ਬਣਦਾ ਕਿ ਅਸੀਂ ਆਪਸ ਵਿੱਚ ਲੜਨ ਦੀ ਬਜਾਏ ਜਿੰਨੇ ਵੀ ਸਿੰਘ ਅਤੇ ਕੌਰ ਨਾਮ ਵਾਲੇ ਲੋਕ ਹਾਂ ਸਾਨੂੰ ਸਾਰਿਆਂ ਨੂੰ ਇੱਕਜੁੱਟਤਾ ਦੇ ਨਾਲ ਪਹਿਲਾਂ ਇਹ ਫੈਸਲਾ ਕਰਨਾ ਚਾਹੀਦਾ ਕਿ ਅਸੀਂ ਆਪਣੇ ਮੂਲ ਸਿਧਾਂਤ ਦੇ ਨਾਲ ਕਦੋਂ ਜੁੜਨਾ। ਅੱਜ ਜਦੋਂ ਦੁਨੀਆ ਦੇ ਵਿੱਚ 21ਵੀਂ ਸਦੀ ਦੇ ਵਿੱਚ ਅਸੀਂ ਵਿਚਰ ਰਹੇ ਹਾਂ ਅਤੇ ਅਸੀਂ ਅੱਜ ਵੀ ਆਪਣੇ ਆਪ ਨੂੰ ਸਿੱਖ ਹੋਣ 'ਤੇ ਮਾਣ ਮਹਿਸੂਸ ਨਹੀਂ ਕਰਦੇ ਤਾਂ ਇਹ ਆਪਣੇ ਆਪ ਵਿੱਚ ਸਭ ਤੋਂ ਮਾੜੀ ਗੱਲ ਹੈ। ਸਿੱਖ ਜਿਹੜਾ ਦੁਨੀਆ ਦੇ ਉੱਤੇ ਰਾਜ ਕਰ ਰਿਹਾ, ਅੱਜ ਕੈਨੇਡਾ ਦੇ ਵਿੱਚ, ਅਮੈਰੀਕਾ ਦੇ ਵਿੱਚ, ਕਿਸੇ ਵੀ ਯੂਰਪ ਕੰਟਰੀ ਦੇ ਵਿੱਚ ਦੇਖ ਲਓ, ਹਰ ਜਗ੍ਹਾ ਦੇ ਉੱਪਰ ਸਿੱਖਾਂ ਨੇ ਬਹੁਤ ਪ੍ਰਭਾਵਸ਼ਾਲੀ ਰੋਲ ਆਪਣਾ ਅਦਾ ਕੀਤਾ ਅਤੇ ਕਰ ਰਹੇ ਨੇ। ਸੋ ਅਸੀਂ ਅਮੈਰੀਕਾ ਦੀ ਸਰਕਾਰ ਨੂੰ, ਕੈਨੇਡਾ ਦੀ ਸਰਕਾਰ ਨੂੰ ਜਾਂ ਯੂਰਪ ਦੀਆਂ ਸਰਕਾਰਾਂ ਜਿੱਥੇ ਨਸਲੀ ਮਤਭੇਦ ਹੁੰਦਾ, ਇਕੱਲਾ ਸਾਡੇ ਨਾਲ ਨਹੀਂ ਹੋ ਰਿਹਾ, ਬਹੁਤ ਸਮਾਂ 'ਤੇ ਮੁਸਲਮਾਨਾਂ ਨਾਲ ਵੀ ਹੋ ਰਿਹਾ, ਹੋਰਾਂ ਨਾਲ ਵੀ ਹੋ ਰਿਹਾ, ਲੇਕਿਨ ਸਾਡੀ ਜਿਹੜੀ ਸਿੱਖ ਲੀਡਰਸ਼ਿਪ ਹੈ, ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੂੰ ਚਾਹੀਦਾ ਕਿ ਆਈਡੈਂਟੀ ਮਿਸਟੇਕਨ ਲਈ ਲਗਾਤਾਰ ਇੱਕ ਜਦੋਜਹਿਦ, ਇੱਕ ਮੁਹਿੰਮ ਜਿਹੜੀ ਹੈ ਉਹ ਨਿਰੰਤਰ ਸਾਨੂੰ ਜਾਰੀ ਰੱਖਣੀ ਚਾਹੀਦੀ ਹੈ। ਅੱਜ ਜਦੋਂ ਸਾਡੇ ਕੋਲ ਸੋਸ਼ਲ ਮੀਡੀਆ, ਅੱਜ ਜਦੋਂ ਸਾਡੇ ਕੋਲ ਟੀਵੀ ਨੈਟਵਰਕ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ, ਸੋ ਸਾਨੂੰ ਵੱਧ ਤੋਂ ਵੱਧ ਟਾਈਮ ਜਿਵੇਂ ਜਿਹੜੇ ਗੁਰਬਾਣੀ ਚੈਨਲ ਜੀ, ਤੁਸੀਂ ਸਿੱਖ ਜਥੇਬੰਦੀਆਂ ਦੀ ਗੱਲ ਕੀਤੀ ਹੈ, ਸਿੱਖ ਸੰਗਠਨਾਂ ਦੀ ਤੁਸੀਂ ਕੀ ਭੂਮਿਕਾ ਸਮਝਦੇ ਹੋ ਹੁਣ ਤੱਕ, ਜੇ ਦਿੱਲੀ ਕਮੇਟੀ ਡੀਐਸਸੀ ਦੀ ਅਸੀਂ ਗੱਲ ਕਰੀਏ ਜਾਂ ਸ਼੍ਰੋਮਣੀ ਕਮੇਟੀ, ਉਹਨਾਂ ਦੀ ਕੀ ਭੂਮਿਕਾ ਤੁਹਾਨੂੰ ਲੱਗਦੀ ਹੈ? ਸਿੱਖ ਸੰਗਠਨਾਂ ਦੇ ਜੀ, ਉਹਨਾਂ ਦੀ ਭੂਮਿਕਾ ਜਿਹੜੀ ਕਮਜ਼ੋਰ ਕਈ ਥਾਵਾਂ ਦੇ ਉੱਤੇ ਹੈਗੀ, ਜਿਵੇਂ ਮੈਂ ਗੱਲ ਕਰ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਫਰਜ਼ ਬਣਦਾ ਕਿ ਆਪਣਾ ਟੀਵੀ ਚੈਨਲ ਜਿਹੜਾ, ਆਪਣਾ ਮੀਡੀਆ ਜਿਹੜਾ ਉਹਨੂੰ ਕ੍ਰੀਏਟ ਕਰਨ। ਪਿਛਲੇ ਲੰਮੇ ਸਮੇਂ ਤੋਂ 1999 ਤੋਂ ਅਸੀਂ ਮੰਗ ਕਰਦੇ ਆ ਰਹੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਜਿਹੜਾ ਟੀਵੀ ਚੈਨਲ ਜਿਹੜਾ ਉਹ ਹੋਣਾ ਚਾਹੀਦਾ, ਜਿਹਦੇ ਉੱਤੇ 24 ਘੰਟੇ ਗੁਰਬਾਣੀ ਦੇ ਨਾਲ ਨਾਲ ਸਿੱਖ ਦਾ ਜਿਹੜਾ ਕਿਰਦਾਰ ਹੈ, ਸਿੱਖ ਦੀ ਜਿਹੜੀ ਸੋਚ ਹੈ, ਔਰ ਸਿੱਖ ਨੇ ਜਿਹੜੇ ਵਿਸ਼ਵ ਪੱਧਰ ਦੇ ਉੱਤੇ ਚੰਗੇ ਕੰਮ ਕੀਤੇ ਨੇ, ਉਹਨਾਂ ਦਾ ਜ਼ਿਕਰ ਜਿਹੜਾ ਇੰਗਲਿਸ਼ ਦੇ ਵਿੱਚ, ਹੋਰ ਭਾਸ਼ਾਵਾਂ ਦੇ ਵਿੱਚ, ਜਿਹੜੀ ਭਾਸ਼ਾ ਦੇ ਵਿੱਚ ਵੀ, ਜਿਸ ਦੇਸ਼ ਦੇ ਵਿੱਚ ਵੀ ਅਸੀਂ ਵਰਲਡ ਵਾਈਡ ਆਪਣਾ ਪ੍ਰਚਾਰ ਕਰ ਸਕਦੇ ਹਾਂ, ਉਹ ਕਰਨਾ ਚਾਹੀਦਾ। ਸੋ ਉਸ ਲਈ ਭਾਵੇਂ BBC ਵਰਗੇ ਵੱਡੇ ਚੈਨਲ ਜਿਹੜੇ ਆ ਉਹ ਲਗਾਤਾਰ ਸਿੱਖ ਹਿਸਟਰੀ ਨੂੰ ਦਿਖਾਉਂਦੇ ਰਹਿੰਦੇ ਆ, ਪਰ ਸਾਨੂੰ ਟਾਈਮ ਬਹੁਤ ਘੱਟ ਮਿਲਦਾ। ਸੋ ਉਸ ਲਈ ਇੱਕ ਸਿੱਖ ਸੰਗਠਨ ਜਿਹੜੇ ਹੈਗੇ ਨੇ ਉਹ ਤਾਂ ਆਪਣੇ ਪੱਧਰ 'ਤੇ ਕਰਦੇ ਹੀ ਕਰਦੇ ਨੇ, ਲੇਕਿਨ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਈ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੋਈ, ਜਾਂ ਵੱਖ ਵੱਖ ਤਖ਼ਤ ਸਾਹਿਬਾਨਾਂ ਦੀਆਂ ਜਿਹੜੀਆਂ ਪ੍ਰਬੰਧਕ ਕਮੇਟੀਆਂ ਨੇ, ਉਹ ਬੜਾ ਵੱਡਾ ਯੋਗਦਾਨ ਪਾ ਸਕਦੀਆਂ। ਠੀਕ ਹੈ, ਅਮਰਿੰਦਰ ਸਿੰਘ ਜੀ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਸੰਸਥਾਵਾਂ ਨੇ ਉਹ ਕਿਸ ਤਰੀਕੇ ਦੀ ਭੂਮਿਕਾ ਅਦਾ ਕਰ ਰਹੀਆਂ ਨੇ, ਕਿ ਉਹ ਲੋਕਾਂ ਨੂੰ ਅਵੇਅਰ ਕਰ ਰਹੀਆਂ ਨੇ ਆਪਣੇ ਮੁਲਕ ਤੋਂ ਬਾਹਰ ਦੀ ਗੱਲ ਕਰੀਏ ਤਾਂ? ਨਹੀਂ, ਮੈਂ ਇਹਨਾਂ ਨਾਲ ਸਹਿਮਤ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਕਮੇਟੀ ਹੈ, ਉਹਨਾਂ ਦੇ ਬੜੇ ਸਾਧਨ ਸੀਮਿਤ ਨੇ, ਨਾ ਉਹਨਾਂ ਕੋਲ ਪੋਲੀਟੀਕਲ ਪਾਵਰ ਹੈ। ਜਿਹੜੀ ਹਿੰਦੁਸਤਾਨ ਦੀ ਸਰਕਾਰ ਕੋਲ ਪਾਵਰ ਹੈ, ਉਹਨਾਂ ਦਾ ਇੱਕ ਬਿਆਨ ਸਾਰੀ ਅੰਬੈਸੀਆਂ 'ਚ ਜਾਂਦਾ ਹੈ,
SGPC ਦਾ ਬਿਆਨ ਸਾਰੀ ਅੰਬੈਸੀਆਂ 'ਚ ਨਹੀਂ ਜਾਂਦਾ, ਉਹਦੀ ਇੱਕ ਵੇਟੇਜ ਆ ਹਿੰਦੁਸਤਾਨ ਸਰਕਾਰ ਦੀ, ਅਤੇ ਹਿੰਦੁਸਤਾਨ ਸਰਕਾਰ ਜਦੋਂ ਤੱਕ ਸਿੱਖਾਂ ਦੀ ਪਿੱਠ 'ਤੇ ਨਹੀਂ ਖੜੇਗੀ ਇਹ ਚੀਜ਼ ਨੂੰ ਠੱਲ ਨਹੀਂ ਪਏਗੀ। ਤੇ ਗਵਰਨਮੈਂਟ ਦਾ ਜਿਹੜਾ ਅਮਰਿੰਦਰ ਸਿੰਘ ਜੀ ਉਹ ਤਾਂ ਆਪਣਾ ਨਸਲਕੁਸ਼ੀ ਕਰਦੀ ਪਈ ਹੈ, ਉਹ ਤਾਂ ਇੰਡੀਆ ਦੇ ਅੰਦਰ ਸਾਡਾ ਇੰਨਾ ਕੁਝ ਕਰ ਰਹੇ ਨੇ, ਉਹ ਸਾਨੂੰ ਉਹਨਾਂ ਨੂੰ ਕਿਵੇਂ ਆਸ ਰੱਖ ਸਕਦੇ? ਗਵਰਨਮੈਂਟ ਦਾ ਐਟੀਟਿਊਡ ਨੈਗੇਟਿਵ ਹੈ, ਪਿਛਲੇ 70 ਸਾਲ ਤੋਂ ਅਸੀਂ ਦੇਖਿਆ ਹਰ ਥਾਂ ਉਹਨਾਂ ਨੇ ਸਾਨੂੰ ਲੈਟ ਡਾਊਨ ਕੀਤਾ। ਨਹੀਂ ਅਮਰਿੰਦਰ ਜੀ, ਪਰ ਪਹਿਚਾਣ ਦੀ ਗੱਲ ਤਾਂ ਤੁਸੀਂ ਵੀ ਮੰਨ ਰਹੇ ਹੋ ਨਾ ਕਿ ਪਹਿਚਾਣ ਦੀ ਗਲਤੀ ਹੋ ਰਹੀ ਹੈ, ਉਹ ਪਹਿਚਾਣ ਦਾ ਪ੍ਰਚਾਰ ਕਰਨਾ ਤਾਂ ਸੰਸਥਾਵਾਂ ਦੇ ਹੱਥ 'ਚ ਵੀ ਆਉਂਦਾ ਨਾ, ਸਿੱਖ ਸੰਗਠਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਸਹੀ ਤਰੀਕੇ ਪਹਿਚਾਣ ਬਣਾਓ ਉਹਨਾਂ ਦੀ, ਪ੍ਰੋਪਗੇਟ ਨਹੀਂ ਹੋ ਰਹੀ। ਸਰਕਾਰ ਨੇ ਜਿੰਨੀ ਸਮਰੱਥਾ ਹੈ SGPC ਦੇਖੋ, ਜਿੰਨੀ ਸਮਰੱਥਾ SGPC ਕੋਲ ਜਾਂ ਦਿੱਲੀ ਕਮੇਟੀ ਕੋਲ ਜਾਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਪਣੀ ਆਪਣੀ ਥਾਂ ਤੇ ਉਹ ਕੰਮ ਕਰ ਰਹੇ ਆ, ਲੇਕਿਨ ਕਰ ਰਹੇ ਆ। ਠੀਕ ਹੈ, ਤੁਸੀਂ ਕਹਿ ਰਹੇ ਹੋ ਕੰਮ ਕਰ ਰਹੇ ਹੋ, ਕਿਸ਼ਨਪੁਰਾ ਜੀ, ਕਿਸ਼ਨਪੁਰਾ ਜੀ ਤੁਹਾਨੂੰ ਲੱਗਦਾ ਕਿ ਕੰਮ ਕਰ ਰਹੇ ਨੇ ਸਿੱਖ ਸੰਗਠਨ? ਘਟਾ ਰਿਹਾ ਨਹੀਂ, ਮੈਂ ਇਹ ਗੱਲ ਮੰਨਦਾ ਕਿ ਇਹ ਕੰਮ ਹੋ ਰਿਹਾ ਜੀ। ਪਹਿਲਾਂ ਵੀ ਅਮਰੀਕਾ ਚੋਂ ਇੱਕ ਅਖਬਾਰ ਨਿਕਲਦਾ ਸੀ ਮੇਰੇ ਖਿਆਲ ਅੰਮ੍ਰਿਤਸਰ ਟਾਈਮ, ਉਹਨਾਂ ਨੇ ਵੀ ਕਾਫੀ ਪ੍ਰਚਾਰ ਕੀਤਾ। ਅੱਜ ਕੱਲ ਇੱਕ ਸਾਡੇ ਪੰਜਾਬ ਚੋਂ ਗਲੋਬਲ ਪੰਜਾਬ TV ਚੈਨਲ ਚੱਲਦਾ ਹੈ, ਸਰਦਾਰ ਹਰਭਜਨ ਸਿੰਘ ਨੂੰ ਚਲਾਉਂਦੇ ਨੇ ਅਮਰੀਕਾ ਵਾਲੇ, ਉਹ ਯੂਰਪ 'ਚ ਤੇ ਅਮਰੀਕਾ 'ਚ ਕਾਫੀ ਪਹਿਚਾਣ ਦੀ ਗੱਲ ਕਰਦੇ ਨੇ, ਆਪਣੇ ਲੈਵਲ ਤੇ ਕਰਦੇ ਨੇ। ਜੋ ਮੇਰੇ ਵੀਰ ਪੀਰ ਮੁਹੰਮਦ ਜੀ ਨੇ ਗੱਲ ਕਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਫਰਜ਼ ਬਣਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿੰਦੁਸਤਾਨ ਦੀ ਸਰਕਾਰ ਨੂੰ ਲਿਖੇ, ਅਕਾਲ ਤਖ਼ਤ ਦਾ ਜਥੇਦਾਰ ਇੰਡੀਪੈਂਡੈਂਟ ਹੋਣਾ ਚਾਹੀਦਾ ਬਿਲਕੁਲ ਹੀ, ਉਹ ਜਥੇਦਾਰ ਸਿੱਖਾਂ ਦਾ, ਨਾ ਕਿ ਕਿਸੇ ਪਾਰਟੀ ਦਾ, ਉਹ ਪੂਰੇ ਸਿੱਖਾਂ ਦਾ। ਉਹ ਭਾਵੇਂ ਸਿੱਖ BJP 'ਚ ਬੈਠੇ, ਸਿੱਖ ਕਾਂਗਰਸ 'ਚ ਬੈਠੇ, ਸਿੱਖ ਕਿਸੇ ਕਾਮਰੇਡਾਂ 'ਚ ਬੈਠੇ ਜਾਂ ਕਿਸੇ ਹੋਰ ਪਾਰਟੀ 'ਚ ਵੀ ਬੈਠੇ, ਫੋਰਨ 'ਚ ਵੀ ਬੈਠੇ, ਉਹ ਪੂਰਾ ਉਹਨੂੰ ਪੂਰਾ ਹੀ ਜਿਹੜੀ ਪੰਜਾਬ ਦੀ ਸਰਕਾਰ ਹੈ ਪਹਿਲਾ ਲੈਟਰ ਉਹਨੂੰ ਕੱਢੇ, ਪੰਜਾਬ ਦੀ ਸਰਕਾਰ ਹਿੰਦੁਸਤਾਨ ਦੀ ਸਰਕਾਰ ਨੂੰ ਲੈਟਰ ਕੱਢੇ ਕਿ ਭਾਈ ਤੁਸੀਂ ਇਹ ਸਿੱਖਾਂ ਦੀ ਆਈਡੈਂਟੀ ਦੀ ਗੱਲ ਕਰੋ, ਅੱਜ ਅਸੀਂ ਆਪਣੀ ਆਈਡੈਂਟੀ ਲਈ ਤਾਂ ਹਿੰਦੁਸਤਾਨ ਦੇ ਵਿੱਚ ਲੜ ਰਹੇ ਹਾਂ, ਤਾਂ ਦੂਜੇ ਮੁਲਕਾਂ ਵਿੱਚ ਤਾਂ ਸਾਨੂੰ ਲੜਨਾ ਪਊਗਾ ਹੀ, ਇੱਥੇ ਅਸੀਂ ਆਈਡੈਂਟੀ ਲਈ ਰੋਜ਼ ਲੜਦੇ ਹਾਂ। ਇੱਥੇ ਹੈਲਮਟ ਦੀ ਗੱਲ ਹੁਣ ਚੱਲ ਰਹੀ ਹੈ, ਚੰਡੀਗੜ੍ਹ ਦੇ ਵਿੱਚ ਥੋੜ੍ਹੇ ਦਿਨ ਪਹਿਲਾਂ ਹੈਲਮਟ ਦੀ ਗੱਲ, ਮੇਰੇ ਖਿਆਲ ਕੀ ਪੰਜਾਬ ਸਰਕਾਰ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਇੱਥੇ ਪੰਜਾਬ 'ਚ ਸਿੱਖਾਂ ਦੀ ਸਰਕਾਰ ਬੈਠੀ, ਉਹ ਵੀ ਸਰਕਾਰ ਚੰਡੀਗੜ੍ਹ ਹੈਲਮਟ ਤੋਂ ਰੋਕਣਾ ਚਾਹੀਦਾ। ਕੁਲਵਿੰਦਰ ਜੀ, ਮੈਂ ਪੀਰ ਮੁਹੰਮਦ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ ਕਿ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹੈ, ਪਰ ਮੈਂ ਇੱਥੇ ਗੱਲ ਕਹਿਣੀ ਚਾਹੁੰਦਾ ਕਿ ਅਮਰਿੰਦਰ ਸਿੰਘ ਜੀ ਨੇ ਕਿਹਾ ਵੀ ਉਹ ਕਰ ਨਹੀਂ ਸਕਦੀ, ਸ਼੍ਰੋਮਣੀ ਕਮੇਟੀ ਕੋਲ ਮੈਂ ਸਮਝਦਾ ਵੀ ਇੱਕ ਸਟੇਟ ਤੋਂ ਵੱਧ ਦਾ ਬਜਟ ਹੈ, ਪੂਰੇ ਪੰਜਾਬ ਦੇ ਅੰਦਰ ਜੇ ਪੰਜਾਬ ਦੀ ਗੱਲ ਕਰੀਏ ਤਾਂ ਉਹ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਣਾ ਸਕੂਲ ਖੋਲ੍ਹੇ ਜਿਹਦੇ 'ਚ ਸਿੱਖ ਧਰਮ ਦਾ ਬਕਾਇਦਾ ਉਹਦੇ 'ਚ ਪ੍ਰਚਾਰ ਹੋਵੇ, ਔਰ ਆਪਣੇ ਕਾਲਜ ਖੋਲ੍ਹੇ, ਹਰੇਕ ਪਿੰਡ ਦੇ ਵਿੱਚ ਉਹਦਾ ਹੋਸਪਿਟਲ ਹੋਵੇ ਜਾਂ ਕਸਬੇ 'ਚ ਉਹਦਾ ਹੋਸਪਿਟਲ ਹੋਵੇ ਜਿੱਥੇ ਸਿੱਖਾਂ ਨੂੰ ਦਵਾਈ ਜਿਹੜੀ ਮੁਫ਼ਤ ਦਿੱਤੀ ਜਾਵੇ। ਮੈਂ ਸਮਝਦਾ ਹੁਣ ਕੀ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਜਿਹੜੇ ਕ੍ਰਿਸਚਨ ਲੋਕ ਮੇਰੇ ਪਿੰਡਾਂ 'ਚ ਬਣ ਰਹੇ ਨੇ, ਜਿਹੜੇ ਗਰੀਬ ਲੋਕ ਸਾਡੇ ਸਿੱਖ ਭਾਈਚਾਰੇ ਦੇ, ਭਾਵੇਂ ਉਹ ਜ਼ਿਮੀਂਦਾਰ ਹੈ, ਭਾਵੇਂ SC ਹੈ, ਭਾਵੇਂ BC ਹੈ, ਉਹਨਾਂ ਨੂੰ ਇਹ ਖਰੀਦ ਕੇ, ਜਿਹੜੇ ਇਟਲੀ ਵਾਲੇ ਲੋਕ ਆ ਜਾਂ ਕ੍ਰਿਸਚਨ ਲੋਕ ਆ, ਉਹ ਖਰੀਦ ਕੇ ਉਹਨਾਂ ਨੂੰ ਪੈਸੇ ਦੇ ਕੇ ਕ੍ਰਿਸਚਨ ਵਾਲੇ ਪਾਸੇ ਹਰੇਕ ਜਗ੍ਹਾ ਤੇ ਉਹਨਾਂ ਨੇ ਆਪਦਾ ਚਰਚ ਵਗੈਰਾ ਬਣਾ ਦਿੱਤੀ ਹੈ। ਹਰੇਕ ਨੂੰ ਪ੍ਰਚਾਰ ਕਰਨ ਦਾ ਅਧਿਕਾਰ ਹੈ, ਸਵਾਲ ਇਹ ਹੈ ਕਿ ਜੇਕਰ ਕੋਈ ਕਿਸੇ ਚੀਜ਼ 'ਚ ਕਮੀ ਕਰਕੇ ਟਰੈਕਟਰ ਕਿਸੇ 'ਚ ਜਾਂਦਾ, ਪ੍ਰਚਾਰ ਕਰਨ ਦਾ ਅਧਿਕਾਰ ਹੈ, ਪਰ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨੂੰ ਬਰਾਬਰ ਰੱਖਣ ਵਾਸਤੇ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਪਾੜਾ ਨਾ ਪਾਇਆ ਜਾਵੇ। ਮੇਰੀ ਇਹ ਬੇਨਤੀ ਹੈ, ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਪਾੜਾ ਨਾ ਪਾਇਆ ਜਾਵੇ। ਅਮਰਿੰਦਰ ਜੀ ਜਿਹੜੀ ਗੱਲ ਕਹਿ ਰਹੇ ਨੇ ਕਿ ਇੱਕ ਲਿਮਿਟੇਸ਼ਨ ਹੈਗੀ ਹੈ, SGPC ਦੀ ਵੀ ਆਪਣੀ ਇੱਕ ਲਿਮਿਟੇਸ਼ਨ ਹੈਗੀ ਹੈ ਉਹਨਾਂ ਦੀ, ਇਸ ਲਈ ਉਹਦੇ ਵਿੱਚ ਸਰਕਾਰ ਦੀ ਭੂਮਿਕਾ ਵੀ ਹੋਣੀ ਚਾਹੀਦੀ ਹੈ, ਕਿਉਂਕਿ ਜੇ ਤੁਹਾਡੇ ਵੀ ਉਹ ਨਾਗਰਿਕ ਨੇ, ਇੱਕ ਸਿੱਖ ਦੇ ਤੌਰ ਤੇ ਉਹਦੀ ਪਹਿਚਾਣ ਹੈ। ਸਰਕਾਰ ਦੀ ਭੂਮਿਕਾ ਬਾਰੇ ਹੈ, ਮਾਨਯੋਗ ਰਾਜਨਾਥ ਜੀ ਨੇ ਜੋ ਕਦਮ ਬਣਦਾ ਸੀ ਉਹ ਲਿਖਿਆ, ਅਕਾਲੀ ਦਲ ਦਾ ਵਫਦ ਉਹਨਾਂ ਨੂੰ ਮਿਲਿਆ ਸੀ, BJP ਦਾ ਵਫਦ ਉਹਨਾਂ ਨੂੰ ਮਿਲਿਆ ਸੀ, ਰਾਜਨਾਥ ਸਿੰਘ ਨੇ ਲਿਖ ਕੇ ਕੈਲੀਫੋਰਨੀਆ ਦੀ ਸਰਕਾਰ ਨੂੰ ਭੇਜਿਆ। ਕਰਨੈਲ ਸਿੰਘ, ਪੀਰ ਮੁਹੰਮਦ ਜੀ, ਤੁਸੀਂ ਜੋ ਅਮਰਿੰਦਰ ਸਿੰਘ ਜੀ ਨੇ ਤਰਕ ਦਿੱਤਾ ਹੈ ਕਿ ਲਿਮਿਟੇਸ਼ਨ ਹੈਗੀਆਂ ਨੇ, ਉਹਦੇ ਨਾਲ ਤੁਸੀਂ ਸਹਿਮਤ ਹੋ ਕਿ SGPC ਦੇ ਕੋਈ ਆਪਣੀਆਂ ਨਿਯਮਤਾਵਾਂ ਹੈਗੀਆਂ ਨੇ? ਦੇਖੋ ਕੁਲਵਿੰਦਰ ਸਿੰਘ ਜੀ ਵੇਖੋ, ਲਿਮਿਟੇਸ਼ਨ ਜਿਹੜੀਆਂ ਨੇ ਉਹਨਾਂ ਨੂੰ ਪਾਰ ਕਰਨਾ ਪਵੇਗਾ, ਕਿਉਂਕਿ ਸਾਡੇ ਕੋਲ ਸਾਨੂੰ ਸਮੇਂ ਦੇ ਹਾਣੀ ਬਣਨਾ ਪੈਣਾ। ਉਸ ਲਈ ਇੱਕ ਵਰਲਡ ਸਿੱਖ ਪਾਰਲੀਮੈਂਟ ਜਾਂ ਵਿਸ਼ਵ ਸਿੱਖ ਕੌਂਸਲ ਦਾ ਕਨਸੈਪਟ ਜਿਹੜਾ ਪਹਿਲਾਂ ਹੀ ਚੱਲ ਰਿਹਾ, ਔਰ ਉਸ ਦੇ ਉੱਪਰ ਹੁਣ ਅਮਲ ਕਰਨ ਦਾ ਸਮਾਂ ਹੈ, ਕਿਉਂਕਿ ਸਾਡਾ ਤਾਲਮੇਲ ਜਿਹੜਾ, ਚਾਹੇ ਗਲਫ ਕੰਟਰੀਆਂ ਹੋਣ, ਚਾਹੇ ਯੂਰਪ ਕੰਟਰੀਜ਼ ਹੋਣ, ਅਮੈਰੀਕਾ, ਕੈਨੇਡਾ, ਔਰ ਸਾਡੇ ਪੰਜਾਬ ਦੀ ਧਰਤੀ, ਇਹਨਾਂ ਦਾ ਆਪਸੀ ਤਾਲਮੇਲ ਜਿਹੜਾ ਸਿੱਖਾਂ ਦਾ ਉਹ ਬੜਾ ਜ਼ਰੂਰੀ ਹੈ। ਔਰ ਵਿਸ਼ਵ ਪੱਧਰ ਦੇ ਉੱਤੇ ਨਮਾਣਾ ਖੱਟਣ ਵਾਲੇ ਜਿਹੜੇ ਸਿੱਖ ਨੇ, ਜਿਨ੍ਹਾਂ ਦੇ ਵਿੱਚ ਹਰਜੀਤ ਸਿੰਘ ਸੱਜਣ ਨੇ ਜਾਂ ਜਗਮੀਤ ਸਿੰਘ ਜੀ ਨੇ ਜਾਂ ਜਿਹੜੇ ਹੋਰ ਵਿਅਕਤੀ ਹੈਗੇ ਨੇ ਜਿਨ੍ਹਾਂ ਨੇ ਵਿਸ਼ਵ ਪੱਧਰ 'ਤੇ ਆਪਣਾ ਨਾਮ ਕਮਾਇਆ, ਚਾਹੇ ਖੇਡਾਂ ਦੇ ਖੇਤਰ ਦੇ ਵਿੱਚ ਹੋਵੇ,
ਚਾਹੇ ਧਾਰਮਿਕ ਸਮਾਜਿਕ ਆਰਥਿਕ ਖੇਤਰ ਦੇ ਵਿੱਚ ਹੋਵੇ, ਉਹਨਾਂ ਸਾਰੇ ਲੋਕਾਂ ਨੂੰ ਜਿਹੜਾ ਸਾਡਾ ਆਈਡੈਂਟੀ ਮਿਸਟੇਕਣ ਲਈ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਔਰ ਉਹਨਾਂ ਦੇ ਚਿਹਰੇ ਜਿਹੜੇ ਸਾਹਮਣੇ ਲਿਆ ਕੇ ਉਹਨਾਂ ਦੇ ਥਰੂ ਜਿਹੜਾ ਇੱਕ ਸਾਨੂੰ ਪ੍ਰਚਾਰ ਮੁਹਿੰਮ ਜਿਹੜੀ ਹੈ ਉਹ ਵਿਢਣੀ ਚਾਹੀਦੀ ਹੈ, ਜਿਹੜੀ ਕਿ ਇੰਟਰਨੈਸ਼ਨਲ ਪੱਧਰ ਦਾ ਮੀਡੀਆ ਜਿਹੜਾ ਉਹਨੂੰ ਕਵਰ ਅਪ ਕਰੇ। ਤਾਂ ਮੈਂ ਮਹਿਸੂਸ ਕਰਦਾ ਕਿ ਇਹ ਜਿਹੜੇ ਮਸਲੇ ਨੇ ਇਹਨਾਂ ਦੇ ਉੱਪਰ ਇੱਕ ਦਿਨ ਦੇ ਵਿੱਚ ਨਹੀਂ ਹੱਲ ਹੋ ਜਾਣਾ, ਕਿਉਂਕਿ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਸਿਰ ਫਿਰੇ ਹੈਗੇ ਨੇ ਜਿਹੜੇ ਸਕੂਲਾਂ ਦੇ ਵਿੱਚ ਜਾਂਦੇ ਨੇ, ਪੂਰੇ ਸਕੂਲਾਂ ਦੇ ਛੋਟੇ ਛੋਟੇ ਬੱਚਿਆਂ ਦੀ ਕਿਲਿੰਗ ਕਰ ਦਿੰਦੇ ਆ। ਤੁਸੀਂ ਅਮਰੀਕਾ ਦੇ ਵਿੱਚ ਵੇਖਿਆ, ਕੈਨੇਡਾ ਦੇ ਵਿੱਚ ਵੇਖਿਆ, ਕਈ ਰੈਸਟੋਰੈਂਟਾਂ ਦੇ ਵਿੱਚ ਹੋਟਲਾਂ ਦੇ ਵਿੱਚ ਜਿਹੜੇ ਮਾਨਸਿਕ ਰੋਗੀ ਹੈਗੇ ਨੇ ਉਹ ਆਣ ਕੇ ਹਮਲਾ ਕਰ ਦਿੰਦੇ ਨੇ। ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਰੋਕਣਾ ਇੱਕ ਅਲੱਗ ਹੀ ਗੱਲ ਹੈ, ਲੇਕਿਨ ਜਿੱਥੋਂ ਤੱਕ ਸਿੱਖੀ ਅਤੇ ਸਿੱਖ ਸਿਧਾਂਤ ਦੀ ਸੋਚ ਦਾ ਪ੍ਰਗਟਾਵਾ ਕਰਨਾ ਹੈ ਉਹਦੇ ਲਈ ਸਾਰੇ ਸਿੱਖਾਂ ਨੂੰ ਲਾਮਬੰਦ ਹੋਣਾ ਪਵੇਗਾ, ਖਾਸ ਕਰਕੇ ਉਹ ਲੋਕ ਜਿਹੜੇ ਆਪਣੇ ਸਿਰ ਦੇ ਉੱਪਰ ਦਸਤਾਰ ਸਜਾਉਂਦੇ ਨੇ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਸਿੱਖੀ ਨੂੰ ਬਦਨਾਮੀ ਮਿਲਦੀ ਹੋਵੇ। ਉਹਨਾਂ ਨੂੰ ਪ੍ਰਾਊਡ ਟੂ ਬੀ ਸਿੱਖ ਦਾ ਜਿਹੜਾ ਮਿਸ਼ਨ ਹੈ ਉਹਦੇ ਨਾਲ ਜੁੜਨਾ ਚਾਹੀਦਾ। ਇਹ ਜਿਹੜੀ ਮੁਹਿੰਮ ਹੈ ਇਸ ਮੁਹਿੰਮ ਦੇ ਉੱਪਰ ਸਾਨੂੰ ਕੰਮ ਕਰਨ ਦੀ ਲੋੜ ਹੈ, ਕਿਉਂਕਿ ਸਾਡੇ ਕੋਲ ਆਪਣਾ ਦੇਸ਼ ਨਹੀਂ ਹੈਗਾ, ਹਰ ਕੌਮ ਦੇ ਕੋਲ ਆਪਣਾ ਦੇਸ਼ ਹੈਗਾ, ਹਿੰਦੂਆਂ ਕੋਲ ਵੀ ਆਪਣੇ ਦੇਸ਼ ਹੈਗੇ ਆ, ਮੁਸਲਮਾਨਾਂ ਕੋਲ ਆਪਣੇ ਦੇਸ਼ ਹੈਗੇ ਆ, ਲੇਕਿਨ ਇੱਕ ਸਿੱਖ ਕੌਮ ਹੀ ਅਜਿਹੀ ਹੈ ਜਿਸ ਦੇ ਕੋਲ ਆਪਣੀ ਕੰਟਰੀ ਨਹੀਂ ਹੈਗੀ। ਸੋ ਉਸ ਵਾਸਤੇ ਸਾਨੂੰ ਸਿੱਖ ਕੌਮ ਨੂੰ ਆਪਣੇ ਧਾਰਮਿਕ ਸਮਾਜਿਕ ਆਰਥਿਕ ਖੇਤਰ ਦੇ ਵਿੱਚ ਜਿਹੜੇ ਆਪਣੇ ਅੱਗੇ ਵਧਣ ਵਾਸਤੇ ਆਪਣੀ ਗੱਲ ਦੱਸਣ ਵਾਸਤੇ ਜਿਹੜਾ ਇੰਟਰਨੈਸ਼ਨਲ ਪਲੇਟਫਾਰਮ ਹੈ ਉਹਦੇ ਉੱਤੇ ਕੰਮ ਕਰਨ ਦੀ ਬਹੁਤ ਵੱਡੀ ਲੋੜ ਹੈ। ਅਮਰਿੰਦਰ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਜੀ? ਅਮਰਿੰਦਰ ਜੀ, ਮੈਂ ਇਹ ਕਹਿਣਾ ਚਾਹੁੰਦਾ ਸੀ ਜੀ, ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਕਿ ਬਈ ਸ਼੍ਰੋਮਣੀ ਕਮੇਟੀ ਸਕੂਲ ਖੋਲ੍ਹੇ, ਮੈਂ ਪੁੱਛਣਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਸਕੂਲ ਕਿਉਂ ਖੋਲ੍ਹੇ? ਸਟੇਟ ਗਵਰਨਮੈਂਟ ਕੀ ਕਰ ਰਹੀ ਹੈ? ਜਿਹੜੀ ਟੈਕਸ ਵਸੂਲ ਰਹੀ ਹੈ ਉਹ ਸਕੂਲ ਕਿਉਂ ਨਹੀਂ ਖੋਲ੍ਹ ਰਹੀ? ਉਹ ਸਕੂਲ ਕਿਉਂ ਨਹੀਂ ਚਲਾ ਰਹੀ? ਜਿਹੜੀ ਸਟੇਟਾਂ ਦੇ ਵਿੱਚ SGPC ਨਹੀਂ ਹੈ, ਜਿਹੜੀ ਸਟੇਟਾਂ ਵਿੱਚ ਸਿੱਖ ਨਹੀਂ ਰੱਖ ਵੱਸਦੇ ਉੱਥੇ ਸਰਕਾਰਾਂ ਸਕੂਲ ਨਹੀਂ ਖੋਲ੍ਹਦੀਆਂ? ਉੱਥੇ ਸਰਕਾਰਾਂ ਸਕੂਲ ਖੋਲ੍ਹਦੀਆਂ, ਲੇਕਿਨ ਸਰਕਾਰ ਪੰਜਾਬ ਦੀ ਆਪਣੀ ਜ਼ਿੰਮੇਵਾਰੀਆਂ ਤੋਂ ਕੋਤਾਹੀ ਕਰ ਰਹੀ ਹੈ। ਕੋਈ ਵੀ ਸਰਕਾਰ ਹੋਵੇ ਇੱਥੇ ਬਹੁਤ ਬੁਰਾ ਹਾਲ ਹੈ। ਸਰਕਾਰ ਹੁਣ ਕਿਸੇ ਧਰਮ ਲਈ ਪ੍ਰਚਾਰ ਥੋੜੇ ਕਰੇਗੀ? ਅਮਰਿੰਦਰ ਜੀ, ਸਰਕਾਰ ਕਿਸੇ ਧਰਮ ਵਾਸਤੇ ਪ੍ਰਚਾਰ ਥੋੜੇ, ਸਰਕਾਰਾਂ ਕਿਹੜੇ ਧਰਮ ਵਾਸਤੇ ਪ੍ਰਚਾਰ ਕਰ ਰਹੀਆਂ? ਧਰਮ ਨਹੀਂ ਨਹੀਂ, SGPC ਧਾਰਮਿਕ ਸੰਸਥਾ ਹੈਗੀ ਹੈ ਤੇ ਉਹ ਵਿਸ਼ਵ ਦੇ ਉਹਦੇ ਸੰਦਰਭ ਚ ਗੱਲ ਕਰ ਰਹੇ ਨੇ ਕਿ ਜੇ ਬਾਹਰੀ ਮੁਲਕਾਂ ਦੇ ਵਿੱਚ ਜੇ ਬਾਹਰੀ ਮੁਲਕਾਂ ਦੇ ਲੋਕ ਜਿਹੜੇ ਨੇ ਉਹ ਤੁਹਾਡੀ ਆਇਡੈਂਟੀ ਸਹੀ ਤਰ੍ਹਾਂ ਨਹੀਂ ਪਛਾਣ ਰਹੇ ਤਾਂ ਉਹਦੇ ਲਈ SGPC ਕੁਝ ਕਰੇ। ਅਮਰੀਕਾ ਦੇ ਵਿੱਚ ਜੇ ਅਮਰੀਕਾ ਦੇ ਜਿਹੜੇ ਸਿੱਖ ਨੇ ਉਹ $80,000 ਦਾ ਬਜਟ ਬਣਾ ਕੇ ਰੱਖ ਸਕਦੇ ਨੇ ਤਾਂ ਉਹਦੇ ਵਿੱਚ SGPC ਦੀ ਕੋਈ ਭੂਮਿਕਾ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਪ੍ਰਚਾਰ ਪ੍ਰਸਾਰ 'ਚ ਉਹਨਾਂ ਦੀ ਮਦਦ ਕਰੇ? ਨਹੀਂ, ਉਹਦੇ ਵਿੱਚ ਜ਼ਿੰਮੇਵਾਰੀ ਬਣਦੀ ਹੈ, ਲੇਕਿਨ ਐਜੂਕੇਸ਼ਨ ਦੇ ਵਿੱਚ SGPC ਦੀ ਕੋਈ ਜ਼ਿੰਮੇਵਾਰੀ ਨਹੀਂ ਹੈ, ਉਹ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਪੜ੍ਹਾਉਣਾ ਹੈ। ਨਹੀਂ, ਅਸੀਂ ਐਜੂਕੇਸ਼ਨ ਦੀ ਗੱਲ ਨਹੀਂ ਕਰ ਰਹੇ, ਅਸੀਂ ਅਮਰੀਕਾ 'ਚ ਵਿਦੇਸ਼ਾਂ 'ਚ ਵੱਸਦੇ ਸਿੱਖਾਂ ਦੀ ਗੱਲ ਕਰ ਰਹੇ ਹਾਂ ਕਿ ਉਹਨਾਂ 'ਤੇ ਨਸਲੀ ਹਮਲੇ ਹੋ ਰਹੇ ਨੇ, ਤਾਂ ਉਹਨਾਂ ਦੀ ਇੰਟਰਨੈਸ਼ਨਲ ਕੌਮਾਂਤਰੀ ਪੱਧਰ ਦੇ ਉੱਤੇ ਕੀ ਭੂਮਿਕਾ ਹੋਣੀ ਚਾਹੀਦੀ ਹੈ SGPC? ਕਿਸ਼ਨਪੁਰਾ ਜੀ, ਹੋਰ ਪਾਸੇ ਲੈ ਗਏ। ਕੁਲਵਿੰਦਰ ਸਿੰਘ ਜੀ, ਜਿਹੜੀ ਗੱਲ ਸਰਦਾਰ ਅਮਰਿੰਦਰ ਸਿੰਘ ਜੀ ਕਹਿ ਰਹੇ ਹੈ, ਮੈਂ ਵੀ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਔਰ ਪ੍ਰਬੰਧਕ ਕਮੇਟੀ ਦੇ ਕਿੰਨੇ ਕਾਲਜ ਨੇ ਪੂਰੇ ਹਿੰਦੁਸਤਾਨ 'ਚ, ਗਿਆ ਬਾਹਰ ਵੀ ਨੇ, ਉਹ ਬਾਹਰ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿੰਨੇ ਕਾਲਜ ਹੈਗੇ ਨੇ, ਉੱਥੇ ਵੀ ਸਿੱਖਾਂ ਦੀ ਆਈਡੈਂਟੀ ਦੀ ਗੱਲ ਹੈ। ਜਦੋਂ ਕਈ ਵਾਰ ਸਾਨੂੰ ਉਹਨਾਂ ਸਕੂਲਾਂ ਕਾਲਜਾਂ ਦੇ ਵਿੱਚ ਵੀ ਆਈਡੈਂਟੀ ਲਈ ਲੜਨਾ ਪੈ ਗਿਆ, ਕਈ ਵਾਰ ਉੱਥੇ ਵੀ ਜਦੋਂ ਪੇਪਰ ਹੁੰਦੇ ਨੇ, ਜਿਵੇਂ ਗੁਰਮਤਿ ਖਾਲਸਾ ਕਾਲਜ ਪਟਿਆਲਾ, ਜੇ ਉੱਥੇ ਵੀ ਸਾਡੀ ਕਈ ਵਾਰ ਉੱਥੇ ਵੀ ਅਮਰਧਾਰੀਆਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ, ਸਾਡੀਆਂ ਤਾਂ ਇੱਥੇ ਹੀ ਪ੍ਰੋਬਲਮਾਂ ਖੜੀਆਂ ਹੋ ਜਾਂਦੀਆਂ, ਦੂਜੀ ਜਗ੍ਹਾ 'ਤੇ ਜਾ ਕੇ ਕਿਉਂ ਨਹੀਂ ਆਉਣਗੀਆਂ? ਪੰਜਾਬ ਦੇ ਵਿੱਚ ਵੀ ਇਹੋ ਜਿਹੇ ਸਕੂਲ ਕਾਲਜ ਹੈਗੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਕਾਲਜ ਨੇ, ਰੋਪੜ ਜ਼ਿਲ੍ਹੇ 'ਚ ਅਨੰਦਪੁਰ ਸਾਹਿਬ ਖਾਲਸਾ ਕਾਲਜ ਹੈ, ਫਤਿਹਗੜ੍ਹ ਸਾਹਿਬ ਕਾਲਜ ਹੈ, ਚਮਕੌਰ ਸਾਹਿਬ ਕਾਲਜ ਹੈ, ਫਤਿਹਗੜ੍ਹ ਸਾਹਿਬ ਕਿੰਨੇ ਕਾਲਜ ਨੇ, ਪਟਿਆਲੇ 'ਚ ਕਾਲਜ ਨੇ, ਜੀਰਕਪੁਰ ਕਾਲਜ ਹੈ, ਦਸ਼ਮੇਸ਼ ਖਾਲਸਾ ਕਾਲਜ, ਹੋਰ ਕਿਸ ਜ਼ਿਲ੍ਹੇ ਵਿੱਚ ਕਾਲਜ ਨਹੀਂ ਹੈਗਾ? ਹੌਸਪੀਟਲ ਵੀ ਬਹੁਤ ਵੱਡੇ ਨੇ, ਪਰ ਉਹਨਾਂ ਹੌਸਪੀਟਲਾਂ ਵਿੱਚ ਕਾਲਜਾਂ ਵਿੱਚ ਸੁਧਾਰ ਕਰਨ ਦੀ ਲੋੜ ਹੈ ਕਿ ਸਰਕਾਰ ਉਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਨੇ, ਸਕੂਲ ਨੇ, ਉਹਨਾਂ ਨੂੰ ਏਡ ਦੇਵੇ। ਜੇ ਉਹ ਪ੍ਰਾਈਵੇਟ ਸਕੂਲ ਨੇ ਤੇ ਜੇ ਪ੍ਰਾਈਵੇਟ ਸਕੂਲ ਸਰਕਾਰ ਚਲਾਉਣਾ ਹੀ ਚਾਹੁੰਦੀ ਹੈ, ਸਰਕਾਰੀ ਸਕੂਲ ਨਹੀਂ ਚਲਾਉਣਾ ਚਾਹੁੰਦੀ, ਘੱਟੋ ਘੱਟ ਉਹਨਾਂ ਨੂੰ ਏਡ ਦੇਵੇ, ਕੁਛ ਤਾਂ ਕਰੇ। ਉੱਥੇ ਆਈਡੈਂਟੀ ਦੀ ਵੀ ਗੱਲ ਹੈਗੀ ਹੈ, ਕਿਉਂਕਿ ਬਹੁਤੇ ਉੱਥੇ 90% ਤੋਂ ਵੱਧ ਜਿਹੜੇ ਪ੍ਰੋਫੈਸਰ ਨੇ ਜਾਂ ਸਕੂਲ ਮੁਲਾਜ਼ਮ ਨੇ ਜਾਂ ਮਾਸਟਰ ਨੇ ਉਹ ਸਿੱਖ ਨੇ, ਉੱਥੇ ਸਿੱਖਾਂ ਦੀ ਆਈਡੈਂਟੀ ਦੀ ਗੱਲ ਹੁੰਦੀ ਹੈ, ਘੱਟੋ ਘੱਟ ਸਾਨੂੰ ਕੋਈ ਛੋਟ ਤਾਂ ਦੇਵੇ। ਗੱਲ ਤਾਂ ਛੋਟਦੀ ਹੈ, ਸਾਡੇ ਤਾਂ ਹੈਲਮਟ ਦੀ ਪ੍ਰੋਬਲਮ ਪੂਰੇ ਪੰਜਾਬ 'ਚ ਖੜੀ ਹੋ ਰਹੀ ਹੈ, ਕੱਲ੍ਹ ਨੂੰ ਚੰਡੀਗੜ੍ਹ ਵੀ ਤਾਂ ਹੋਈ ਵੀ ਉਹ ਹੈ, ਸਾਡੀ ਤਾਂ ਚੰਡੀਗੜ੍ਹ ਸਾਨੂੰ ਕਦੇ ਅਜੇ ਮਿਲਿਆ ਨਹੀਂ ਹੈਗਾ। ਪਿਛਲੇ 70 ਸਾਲ ਤੋਂ ਅਸੀਂ ਲੜ ਰਹੇ ਹਾਂ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ, ਉਹ ਕਹਿੰਦੇ ਪੰਜਾਬ ਦੀ ਗੱਲ ਨਹੀਂ ਕੀ ਕਰ ਰਿਹਾ ਕੋਈ ਯਾਰ, ਅਸੀਂ ਤਾਂ ਇੱਥੇ ਅਸੀਂ ਆਈਡੈਂਟੀ ਲਈ ਤਾਂ ਹਿੰਦੁਸਤਾਨ 'ਚ ਲੜ ਰਹੇ ਹਾਂ, ਬਾਹਰ ਜਾ ਕੇ ਕਿਉਂ ਨਹੀਂ ਲੜਾਂਗੇ? ਪੰਗੇਵਾਲ ਜੀ,
ਜੀ ਕਿਸ਼ਨਪੁਰਾ ਜੀ ਕਹਿ ਰਹੇ ਨੇ ਕਿ ਸਿੱਖ ਇੱਥੇ ਹੀ ਲੜ ਰਹੇ ਨੇ ਫਿਰ ਵਿਦੇਸ਼ਾਂ 'ਚ ਤਾਂ ਕਿ ਹੱਕ ਮੰਗਣਾ ਤਾਂ ਬਾਅਦ ਦੀ ਗੱਲ ਹੈ। ਬਿਲਕੁਲ ਸਹੀ ਗੱਲ ਕਹਿੰਦੇ ਨੇ ਇਹ, ਭਾਵੇਂ ਉਹ ਸਿੱਖ ਹੋਣ ਭਾਵੇਂ ਹਿੰਦੂ ਹੋਣ, ਜੇ ਅਸੀਂ ਆਪਸ ਵਿੱਚ ਹੀ ਲੜਦੇ ਰਹਾਂਗੇ ਤੇ ਸਾਡੇ ਹੱਕ ਕਿੱਦਾਂ ਸਾਨੂੰ ਮਿਲਣਗੇ। ਇਹ ਗੱਲ ਮੈਂ ਪਹਿਲਾਂ ਵੀ ਦੁਹਰਾਉਣੀ ਚਾਹੁੰਦਾ, ਸਾਨੂੰ ਹਿੰਦੂ ਸਿੱਖ ਭਾਈਚਾਰੇ ਦੀ ਜਿਹੜੀ ਏਕਤਾ ਉਹਨੂੰ ਬਰਕਰਾਰ ਰੱਖਣਾ ਚਾਹੀਦਾ। ਜਿਹੜੇ ਸਿੱਖ ਧਰਮ ਨਾਲ ਜੁੜੀਆਂ ਸੰਸਥਾਵਾਂ ਉਹਨਾਂ ਨੂੰ ਸਿੱਖ ਧਰਮ ਬਾਰੇ ਉਹਦੇ ਪ੍ਰਚਾਰ ਬਾਰੇ ਠੋਸ ਕਦਮ ਚੱਕਣ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਨੂੰ ਵੀ ਠੋਸ ਕਦਮ ਚੱਕਣ ਦੀ ਲੋੜ ਹੈ। ਐਜੂਕੇਸ਼ਨ ਬਾਰੇ ਅਮਰਿੰਦਰ ਸਿੰਘ ਜੀ ਨੇ ਟਿੱਪਣੀ ਕਰ ਦਿੱਤੀ, ਕਹਿੰਦੇ ਨਹੀਂ ਉਹ ਕਰ ਨਹੀਂ ਸਕਦੀ, ਜੇ ਐਜੂਕੇਸ਼ਨ ਦੇ ਨਾਲ ਨਾਲ ਉਹਦੀ ਰਿਸਪੋਂਸੀਬਿਲਟੀ ਨਹੀਂ ਹੈ, ਰਿਸਪੋਂਸੀਬਿਲਟੀ ਬਣਦੀ ਹੈ ਜੀ ਜੇ ਸ਼੍ਰੋਮਣੀ ਕਮੇਟੀ ਚਾਹੇ ਜੋ ਚਾਹੇ ਤਾਂ ਬਹੁਤ ਕੁਝ ਹੋ ਜਾਏ। ਦੇਖੋ ਜੇ ਸ਼੍ਰੋਮਣੀ ਕਮੇਟੀ ਚਾਹੇ ਜੋ ਮਰਜ਼ੀ ਕਰ ਸਕਦੀ ਹੈ, ਪ੍ਰਚਾਰ ਹਰ ਧਰਮ ਦਾ ਹੋ ਰਿਹਾ। ਸਰ ਤੁਸੀਂ ਦੇਖ ਲਓ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਦੀ ਬਹੁਤ ਗਿਣਤੀ ਵੱਧ ਰਹੀ ਹੈ, ਦਿਨੋਂ ਦਿਨ ਗਿਣਤੀ ਵੱਧ ਰਹੀ ਹੈ। ਮੁਸਲਮਾਨ ਆਪਦੇ ਧਰਮ ਤੇ ਪਰਪੱਕ ਨੇ, ਉਹਨਾਂ ਦਾ ਟਾਈਮ ਜੇ ਨਮਾਜ਼ ਦਾ ਜਦੋਂ ਹੋ ਜਾਂਦਾ ਉਸ ਟਾਈਮ ਤੇ ਨਮਾਜ਼ ਪੜ੍ਹਨ ਲੱਗ ਜਾਂਦੇ ਨੇ। ਸਾਡੇ ਸਿੱਖ ਵੀ ਆਪਦੇ ਟਾਈਮ ਤੇ ਗੁਰਦੁਆਰਾ ਨਹੀਂ ਜਾਂਦੇ, ਸਾਡੇ ਹਿੰਦੂ ਵੀ ਆਪਣੇ ਮੰਦਰ ਟਾਈਮ ਤੇ ਨਹੀਂ ਜਾਂਦੇ। ਅਸੀਂ ਲੋਕ ਕਨੈਲ ਸਿੰਘ ਜੀ, ਕਨੈਲ ਸਿੰਘ ਪੀਰ ਮੁਹੰਮਦ, ਤੁਸੀਂ ਇੱਕ ਜ਼ਿਕਰ ਕੀਤਾ ਸੀ ਕਿ ਸਿੱਖਾਂ ਦੀ ਆਪਣੀ ਇੱਕ ਆਈਡੈਂਟੀ ਬਣ ਰਹੀ ਹੈ, ਵੱਡੇ ਵੱਡੇ ਅਹੁਦੇ ਉਹ ਲੈ ਰਹੇ ਨੇ, ਇਹਨੂੰ ਵੀ ਇੱਕ ਵਜ੍ਹਾ ਮੰਨੀ ਜਾ ਰਿਹਾ ਕਿ ਬਹੁਤ ਸਾਰੇ ਵੱਡੇ ਪੱਧਰ ਤੇ ਬਾਹਰਲੇ ਮੁਲਕਾਂ ਦੇ ਇਹ ਲੋਕ ਜਿਹੜੇ ਨੇ ਉਹ ਇਸ ਚੀਜ਼ ਨੂੰ ਲੈ ਕੇ ਵੀ ਡਰ ਦੇ ਵਿੱਚ ਨੇ ਕਿ ਬਾਹਰੋਂ ਜਿਹੜੇ ਲੋਕ ਆਉਂਦੇ ਨੇ ਉਹ ਸਾਡੇ ਰੁਜ਼ਗਾਰ ਤੇ ਕਬਜ਼ੇ ਕਰ ਰਹੇ ਨੇ, ਚੰਗੇ ਚੰਗੇ ਅਹੁਦਿਆਂ ਦੇ ਉੱਤੇ ਪਹੁੰਚ ਰਹੇ ਨੇ। ਇਹਨੂੰ ਵੀ ਇੱਕ ਵਜ੍ਹਾ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਕਿ ਤੁਹਾਨੂੰ ਲੱਗਦਾ ਕਿ ਇਹ ਵੀ ਇੱਕ ਕਾਰਨ ਹੈ ਕਿ ਉਹਨਾਂ ਲੋਕਾਂ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਨੇ ਉਹ? ਦੇਖੋ ਜਿਹੜੀਆਂ ਕੌਮਾਂ ਤਰੱਕੀ ਕਰਦੀਆਂ ਨੇ ਨਾ, ਉਹਨਾਂ ਦਾ ਸਾਨੂੰ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਵਿਸ਼ਵ ਪੱਧਰ ਦੇ ਉੱਤੇ ਵੇਖਣਾ ਚਾਹੀਦਾ। ਯਹੂਦੀਆਂ ਦੇ ਨਾਲ ਬੜਾ ਜ਼ੁਲਮ ਹੋਇਆ ਜਿਵੇਂ ਸਿੱਖ ਕੌਮ ਦੇ ਨਾਲ ਹੋਇਆ, ਇਵੇਂ ਯਹੂਦੀਆਂ ਦੇ ਨਾਲ ਹੋਇਆ ਸੀ। ਲੇਕਿਨ ਯਹੂਦੀਆਂ ਨੇ ਆਪਣੀ ਜਿਹੜਾ ਮੀਡੀਆ ਸੈਂਟਰ ਹੈ ਉਹਨੂੰ ਬੜਾ ਕਾਇਮ ਕੀਤਾ। ਅੱਜ ਇੰਟਰਨੈਸ਼ਨਲ ਪੱਧਰ ਦੇ ਉੱਤੇ ਯਹੂਦੀਆਂ ਦਾ ਜਿਹੜਾ ਮੀਡੀਆ ਬੈਕਅਪ ਹੈ ਬੜਾ ਮਜ਼ਬੂਤ ਹੈ। ਸਾਡੀ ਜਿਹੜੀ ਕਮੀ ਹੈ, ਸਾਨੂੰ ਕਿਸੇ ਖੇਤਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ। ਸਾਡੇ ਕੋਲ ਅੱਜ ਜਿਹੜੀ ਵਿਚਾਰਧਾਰਕ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਵਿਚਾਰਧਾਰਾ, ਉਸ ਦੇ ਉੱਪਰ ਸਾਨੂੰ ਇੱਕ ਬੜਾ ਵਧੀਆ ਮੈਸੇਜ ਜਿਹੜਾ ਪਵਿੱਤਰ ਗੁਰਬਾਣੀ, ਉਹਦੀ ਬਾਉਂਡਰੀ ਜਿਹੜੀ ਉਹ ਤੋੜਨੀ ਚਾਹੀਦੀ ਹੈ। ਉਹ ਇਕੱਲੀ ਪੰਜਾਬ ਤੱਕ ਨਹੀਂ ਉਹ ਹੈਗੀ, ਉਹ ਇਕੱਲੀ ਕਿਸੇ ਮੁਲਕ ਤੱਕ ਨਹੀਂ ਹੈਗੀ, ਉਹਦਾ ਘੇਰਾ ਜਿਹੜਾ ਵਿਸ਼ਵ ਪੱਧਰ ਹੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਿੱਖ ਕੌਮ ਹੀ ਹੈ ਜਿਹੜੀ ਪੂਰੀ ਦੁਨੀਆ ਦੇ ਵਿੱਚ ਫਰੀ ਲੰਗਰ ਦਿੰਦੀ ਹੈ। ਸਿੱਖ ਹੀ ਕੌਮ ਹੀ ਹੈ, ਕਿਤੇ ਭੁਚਾਲ ਆ ਜਾਵੇ, ਕਿਤੇ ਕੋਈ ਆਫਤ ਆ ਜਾਵੇ, ਸੀਰੀਆ ਵਰਗੇ ਥਾਵਾਂ ਦੇ ਉੱਪਰ ਜਾ ਕੇ ਲੜਾਈ ਦੇ ਮੈਦਾਨਾਂ ਦੇ ਵਿੱਚ ਜਿਹੜੇ ਆ ਅੱਜ ਵੀ ਸਰਦਾਰ ਰਵੀ ਸਿੰਘ ਵਰਗੇ ਉੱਥੇ ਆ ਕੇ ਜਦੋਜਹਿਦ ਕਰਦੇ ਆ, ਇਸ ਤਰ੍ਹਾਂ ਦੇ ਜਿਹੜੇ ਮਸਲੇ ਹੈਗੇ ਨੇ ਉਹਨਾਂ ਨੂੰ ਸਾਨੂੰ ਵਿਸ਼ਵ ਪੱਧਰ 'ਤੇ ਉਭਾਰਨਾ ਚਾਹੀਦਾ। ਕਿਉਂਕਿ ਅਸੀਂ ਕੀ ਕਰਦੇ ਹਾਂ ਪੰਜਾਬ ਦੇ ਵਿੱਚ, ਇੱਥੇ ਆਪਸ ਦੇ ਵਿੱਚ ਕੋਈ ਬੀਜੇਪੀ ਦੇ ਵਿੱਚ ਖੜ੍ਹਾ, ਕੋਈ ਕਾਂਗਰਸ ਦੇ ਵਿੱਚ ਖੜ੍ਹਾ, ਕੋਈ ਅਕਾਲੀ ਦਲ ਦੇ ਵਿੱਚ ਖੜ੍ਹਾ, ਉਹ ਆਪਣੇ ਆਪ ਨੂੰ ਰਾਸ਼ਟਰਵਾਦੀ ਕਹਾਉਣ ਵਾਸਤੇ ਪੂਰਾ ਜ਼ੋਰ ਲਾ ਦਿੰਦੇ ਆ ਪੂਰਾ ਦਿਨ ਕਿ ਅਸੀਂ ਸਭ ਤੋਂ ਵੱਡੇ ਰਾਸ਼ਟਰਵਾਦੀ ਹਾਂ। ਲੇਕਿਨ ਸਾਡੇ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਪੈਗਾਮ ਦਿੱਤਾ, ਉਸ ਪੈਗਾਮ ਨੂੰ ਅੱਗੇ ਤੋਂ ਅੱਗੇ ਲਿਜਾਣ ਦੀ ਲੋੜ ਹੈਗੀ ਹੈ। ਉਸ ਦੇ ਵਿੱਚ ਕੋਈ ਘੇਰਾ ਨਹੀਂ ਹੋਣਾ ਚਾਹੀਦਾ, ਉਸ ਦਾ ਘੇਰਾ ਜਿਹੜਾ ਉਹ ਪੂਰਾ ਵਿਸ਼ਵ ਹੋਣਾ ਚਾਹੀਦਾ, ਕੋਈ ਬਾਉਂਡਰੀ ਨਹੀਂ ਹੋਣੀ ਚਾਹੀਦੀ ਕਿ ਅਸੀਂ ਇੱਥੇ ਲੱਗਦਾ ਹੈ ਕਿ ਜਿਹੜਾ ਕਰਨਾ ਜਾਂ ਇੱਥੇ ਨਹੀਂ ਕਰਨਾ। ਹਾਂ, ਸਿੱਖੀਜ਼ਮ ਦਾ ਜਿਹੜਾ ਫਿਰ ਇਹ ਸਰਬੱਤ ਦੇ ਭਲੇ ਵਾਲਾ ਕਨਸੈਪਟ ਹੈ, ਭਲੇਵੇਂ ਉਹ ਪ੍ਰਚਾਰਕ ਹੋਣ ਜਾਂ ਸੰਸਥਾਵਾਂ ਹੋਣ, ਉਹ ਉਸ ਲੈਵਲ ਦੇ ਉੱਤੇ ਉਹਨੂੰ ਪੇਸ਼ ਨਹੀਂ ਕਰ ਪਾ ਰਹੀਆਂ ਨੇ, ਤੇ ਜੇ ਉਹ ਕਰਨਗੀਆਂ ਤਾਂ ਸ਼ਾਇਦ ਉਹ ਲੋਕਾਂ ਦੇ ਵਿੱਚ ਵੱਧ ਅਵੇਅਰਨੈਸ ਪੈਦਾ ਕਰੇਗਾ। ਹੁਣ ਸਵਾਲ ਇਹ ਹੈ ਕਿ ਉਹਦੀ ਕਮੀ ਕਿੱਥੇ ਤੋਂ ਨਜ਼ਰ ਆਉਂਦੀ ਹੈ, ਕੌਣ ਨਹੀਂ ਕਰ ਪਾ ਰਿਹਾ, ਇਸ ਜ਼ਿੰਮੇਵਾਰੀ ਬਣਦੀ ਕਿਹਦੀ ਹੈ? ਇਸ ਦੇ ਵਿੱਚ ਕਮਿਊਨੀਕੇਸ਼ਨ ਗੈਪ ਹੈਗਾ ਹੈ ਕਿ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਜਿਹੜਾ ਸਾਡਾ ਸਿੱਖ ਏ ਭਾਈਚਾਰਾ ਵਿਚਰ ਰਿਹਾ, ਤੇ ਜਿਹੜਾ ਸਾਡਾ ਪੰਜਾਬ ਏ ਜਿਹਦੀ ਸਰਜਮੀਨ ਤੋਂ ਸਾਰੇ ਲੋਕ ਇੱਥੋਂ ਉੱਠ ਕੇ ਗਏ ਨੇ ਤੇ ਜਾ ਰਹੇ ਨੇ, ਉਹਨਾਂ ਦਾ ਆਪਸੀ ਤਾਲਮੇਲ ਤੇ ਜਿਹੜੀ ਸਾਡੀ ਮੌਜੂਦਾ ਜਿਹੜੀ ਜਨਰੇਸ਼ਨ ਏ, ਜਿਹੜੀ ਅੱਜ ਦੀ ਜਿਹੜੀ ਪੀੜ੍ਹੀ ਏ, ਉਸ ਨੂੰ ਗੁਰੂ ਸਾਹਿਬ ਦੇ ਸਿਧਾਂਤ ਦੇ ਨਾਲ ਜੋੜ ਕੇ ਔਰ ਆਪਣੀ ਦਸਤਾਰ ਦੀ ਅਹਿਮੀਅਤ ਦੁਨੀਆ ਦੇ ਵਿੱਚ ਪ੍ਰਚਾਰਨ ਵਾਸਤੇ, ਆਪਣੇ ਵਿਰੋਧੀਆਂ ਨੂੰ ਇਹ ਦੱਸਣ ਵਾਸਤੇ ਕਿ ਸਾਡੇ ਲਈ ਦਸਤਾਰ ਕਿੰਨੀ ਜ਼ਰੂਰੀ ਹੈ। ਅੱਜ ਤਾਂ ਸਾਨੂੰ ਸੁਪਰੀਮ ਕੋਰਟ ਪੁੱਛ ਰਹੀ ਹੈ ਕਿ ਤੁਸੀਂ ਕਿੰਨੇ ਮੀਟਰ ਦਸਤਾਰ ਬੰਨਣੀ ਹੈ, ਕਿੰਨੇ ਮੀਟਰ ਨਹੀਂ ਬੰਨ ਸਕਦੇ। ਸਾਡੇ ਕੋਲੋਂ ਕਦੀ ਹੈਲਮਟ ਦਾ ਮਸਲਾ ਲਿਆਦਾ ਜਾਂਦਾ, ਸਾਨੂੰ ਆਪਣੀ ਆਈਡੈਂਟੀ ਆਪ ਦੁਨੀਆ ਨੂੰ ਦੱਸਣੀ ਪਵੇਗੀ। ਇਸ ਦੇ ਵਿੱਚ ਕਿਸੇ ਸਰਕਾਰ ਦਾ ਮੈਂ ਸਮਝਣਾ, ਉਹ ਸਰਕਾਰਾਂ ਜਿਹੜੀਆਂ ਵੋਟਾਂ ਲੈ ਕੇ ਬਹੁ ਗਿਣਤੀ ਦੀਆਂ ਘੱਟ ਗਿਣਤੀ ਨੂੰ ਮਾਰਦੀਆਂ ਨੇ, ਉਹ ਕਦੇ ਵੀ ਪੋਲੀਟੀਕਲ ਪਾਰਟੀਆਂ ਸਾਡਾ ਭਲਾ ਨਹੀਂ ਕਰ ਸਕਦੀਆਂ। ਅਸੀਂ ਆਪਣਾ ਭਲਾ ਆਪ ਕਰਨਾ ਔਰ ਦੁਨੀਆ ਦੇ ਭਲੇ ਵਾਸਤੇ। ਕਿ ਤੁਸੀਂ ਇਹ ਕਹਿ ਰਹੇ ਹੋ ਕਿ ਸਰਕਾਰਾਂ ਦਾ ਮਸਲਾ ਨਹੀਂ ਹੈ, ਸਿੱਖਾਂ ਦਾ ਮਸਲਾ ਹੈ, ਆਈਡੈਂਟੀ ਦੀ ਪਹਿਚਾਣ ਨੂੰ ਲੈ ਕੇ ਜੇ ਇਦਾਂ ਦੇ ਹਮਲੇ ਹੋ ਰਹੇ ਨੇ ਤਾਂ ਉਹ
ਸਿੱਖਾਂ ਦਾ ਮਸਲਾ ਹੈ ਨਾ ਕਿ ਕਿਸੇ ਸਰਕਾਰ ਨਹੀਂ ਸਰਕਾਰਾਂ ਦੇ ਫਰਜ਼ ਹੈਗੇ ਨੇ ਪਰ ਉਹ ਨਿਭਾ ਨਹੀਂ ਰਹੀਆਂ ਸਰਕਾਰਾਂ ਦੇ ਫਰਜ਼ ਹੈਗੇ ਨੇ ਲੇਕਿਨ ਸਰਕਾਰਾਂ ਨੇ ਤਾਂ ਸਾਨੂੰ ਜਰੈਮ ਪੇਛਾ ਗਿਆ ਹੈ ਉਹ ਤਾਂ ਸਾਨੂੰ ਇਹ ਕਹਿ ਰਿਹਾ ਕਿ ਇਹ ਲੋਕਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਤੁਹਾਨੂੰ ਖਤਰਾ ਅੱਜ ਕੀ ਹੋ ਰਿਹਾ ਅੱਜ 2020 ਦੇ ਨਾਮ ਦੇ ਉੱਪਰ ਇੱਕ ਦਹਿਸ਼ਤ ਪੈਦਾ ਕੀਤੀ ਜਾ ਰਹੀ ਹੈ ਰੈਫਰੈਂਡਮ ਦੇ ਨਾਮ ਦੇ ਉੱਪਰ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਕਿ ਸਿੱਖ ਜਿਹੜੇ ਆ ਪਤਾ ਨਹੀਂ ਕਿਵੇਂ ਕੀ ਇਸ ਤਰ੍ਹਾਂ ਦੀ ਗੱਲ ਕਰ ਰਹੇ ਆ ਹਿੰਦੂ ਰਾਸ਼ਟਰ ਦੀ ਇੱਥੇ ਗੱਲ ਹੁੰਦੀ ਹੈ ਕਦੇ ਕੋਈ ਬੋਲਦਾ ਨਹੀਂ ਗਾ ਕੋਈ ਪੋਲੀਟੀਕਲ ਪਾਰਟੀ ਆਉਂਦਾ ਰੌਲਾ ਨਹੀਂ ਪਾਉਂਦੀ ਲੇਕਿਨ ਜੇ ਸਿੱਖ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਸਿੱਖ ਆਪਣੇ ਸਿਧਾਂਤ ਦੀ ਗੱਲ ਕਰਦੇ ਆ ਤਾਂ ਉਹਨਾਂ ਨੂੰ ਅੱਤਵਾਦੀ ਵੱਖਵਾਦੀ ਦਹਿਸ਼ਤਗਰਦ ਤੇ ਕਈ ਤਰ੍ਹਾਂ ਦੇ ਨਾਮ ਦੇ ਦਿੱਤੇ ਜਾਂਦੇ ਅਮਰਿੰਦਰ ਸਿੰਘ ਜੀ ਜੋ ਅਸੀਂ ਇਹ ਸਿਧਾਂਤ ਦੀ ਗੱਲ ਕਰ ਰਹੇ ਹਾਂ ਹੁਣ ਸਿਧਾਂਤ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਮੁੜ ਤੋਂ ਗੱਲ ਉਹੀ ਆ ਜਾਂਦੀ ਹੈ ਕਿ ਤੁਸੀਂ ਉਹਨੂੰ ਜੇ ਦੁਨੀਆ ਦੇ ਸੰਦਰਭ 'ਚ ਪੇਸ਼ ਕਰਨਾ ਹੈ ਤਾਂ ਹੀ ਲੋਕ ਸ਼ਾਇਦ ਤੁਹਾਡੀ ਆਈਡੈਂਟੀ ਨੂੰ ਸਮਝ ਸਕਣਗੇ ਅਤੇ ਫਿਰ ਉਹ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਕਿ ਉਹ ਉਸ ਸਿਧਾਂਤ ਨੂੰ ਸਿੱਖਇਜ਼ਮ ਦੀ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਨੇ ਕਰਨੈਲ ਸਿੰਘ ਪੀਰ ਮੁਹੰਮਦ ਜੀ ਉਸ ਕੰਸੈਪਟ ਨੂੰ ਫਿਰ ਵਰਲਡ ਪੱਧਰ ਦੇ ਲੋਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਕਿਹਦੀ ਬਣਦੀ ਹੈ ਫਿਰ ਉਹ ਦੇਖੋ ਕੁਲਵਿੰਦਰ ਜੀ ਗੱਲ ਇਹ ਹੈ ਕਿ ਵੀ ਪ੍ਰੋਬਲਮ ਇਹ ਹੈ ਕਿ ਸਿੱਖ ਜਿਹੜਾ ਹੈਗਾ ਉਹ ਬਹੁਤ ਵਰਲਡ ਵਾਈਡ ਹਰ ਕੰਟਰੀ ਦੇ ਵਿੱਚ ਪਹੁੰਚ ਚੁੱਕਿਆ ਅਤੇ ਜਿਹੜੀ ਉਹਦੀ ਪ੍ਰੋਪੋਗੇਸ਼ਨ ਆਈਡੈਂਟੀ ਦੀ ਪ੍ਰੋਪੋਗੇਸ਼ਨ ਉਹ ਅਜੇ ਉਸ ਪੱਧਰ 'ਤੇ ਹੋਈ ਨਹੀਂ ਹੈ ਅਤੇ ਲੋਕਾਂ ਦੇ ਵਿੱਚ ਮੈਂ ਜਿਵੇਂ ਪਹਿਲਾਂ ਕਿਹਾ ਕਿ ਉਹ ਬਿਨ ਲਾਦਿਨ ਨਹੀਂ ਸਮਝੀ ਜਾਂਦੇ ਆ ਸਿੱਖਾਂ ਨੂੰ ਅੱਜ ਤੱਕ ਇਹ ਚੀਜ਼ ਅਸੀਂ ਉਹਨਾਂ ਨੂੰ ਦੱਸ ਨਹੀਂ ਸਕੇ ਅਤੇ ਜਿਨ੍ਹਾਂ ਜਿਨ੍ਹਾਂ ਦੀ ਵੀ ਡਿਊਟੀ ਸੀ ਉਹ ਬੰਦੇ ਕਮਜ਼ੋਰ ਪੈ ਗਏ ਪਹਿਲੀ ਗੱਲ ਤਾਂ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਵਾਰੀ ਵੀ ਹਾਂ ਦਾ ਨਾਰਾ ਨਹੀਂ ਮਾਰਿਆ ਵੀ ਸਾਡੇ ਨਾਗਰਿਕ ਹੈ ਇਹ ਭਈ ਇਹਨਾਂ ਨਾਲ ਇੱਦਾਂ ਨਾ ਕਰੋ ਇਹ ਆਪਣਾ ਬਿਨ ਲਾਦਿਨ ਵਾਲੇ ਨਹੀਂ ਹੈ ਉਹਨਾਂ ਨੇ ਕਦੀ ਇਹ ਸਟੇਟਮੈਂਟ ਨਹੀਂ ਦਿੱਤੀ ਸਭ ਨੇ ਜ਼ੋਰ ਲਾ ਲਿਆ ਉਹ ਸਟੇਟਮੈਂਟ ਆਈ ਨਹੀਂ ਕਦੀ ਕਿਸੇ ਉਹਨਾਂ ਨੇ ਕੰਟਰੀ ਨੂੰ ਨਹੀਂ ਇਹ ਲਿਖਿਆ ਵੀ ਇਹਨਾਂ ਦੇ ਨਾਲ ਧੱਕਾ ਹੋਇਆ ਇੱਥੇ ਧੱਕਾ ਹੋ ਰਿਹਾ ਖੁਦ ਕਰ ਰਿਹਾ ਉਹਦੇ 'ਤੇ ਨਹੀਂ ਉਹ ਬੋਲਦੇ ਅਤੇ ਬਾਹਰੋਂ ਤਾਂ ਐਕਸਪੈਕਟ ਕਰਨਾ ਫਜ਼ੂਲ ਹੈ ਅਤੇ ਇਹਦੇ ਲਈ ਸਿੱਖਾਂ ਨੂੰ ਖੁਦ ਖੜ੍ਹੇ ਹੋਣਾ ਪਏਗਾ ਅਤੇ ਮੈਂ ਸਮਝਦਾ ਵੀ ਜਿੰਨੀ ਕੁ ਉਹਨਾਂ ਦੀ ਸਮਰੱਥਾ ਹੈਗੀ ਥਾਂ ਬਈ ਥਾਂ ਜਿੰਨੇ ਜਿੰਨੇ ਉਹ ਹੈਗੇ ਆ ਉਹ ਆਪਣਾ ਜ਼ੋਰ ਲਗਾ ਰਹੇ ਆ ਅਤੇ ਇਹਦਾ ਰਿਜ਼ਲਟ ਥੋੜ੍ਹੀ ਥੋੜ੍ਹੀ ਹੌਲੀ ਹੌਲੀ ਆ ਵੀ ਰਿਹਾ ਅਤੇ ਉਮੀਦ ਹੈ ਕਿ ਬਈ ਹੋਰ ਸਾਨੂੰ ਹਮਲਾ ਮਾਰਨਾ ਪਏਗਾ ਅਤੇ ਅਸੀਂ ਇਹਦੇ ਵਿੱਚ ਕਾਮਯਾਬ ਹੋਵਾਂਗੇ ਲੋਕਾਂ ਨੂੰ ਦੱਸਣ ਲਈ ਕਿ ਅਸੀਂ ਬਿਨ ਲਾਦਿਨ ਵਾਲੇ ਨਹੀਂ ਹੈਗੇ ਅਸੀਂ ਹੋਰ ਕੌਮ ਹੈਗੀ ਹੈ ਅਤੇ ਸਾਡਾ ਫਲਸਫਾ ਵੱਖਰਾ ਹੈਗਾ ਇਹ ਚੀਜ਼ ਸਾਨੂੰ ਦੱਸਣ ਦੀ ਲੋੜ ਹੈ ਪੰਗੇਵਾਲ ਜੀ ਕੀ ਤੁਹਾਨੂੰ ਲੱਗਦਾ ਕਿ ਨਸਲੀ ਹਮਲੇ ਰੁਕ ਸਕਦੇ ਨੇ ਅਤੇ ਜੇਕਰ ਰੁਕ ਸਕਦੇ ਨੇ ਤਾਂ ਕਿਵੇਂ ਰੁਕ ਸਕਦੇ ਨੇ ਨਸਲੀ ਹਮਲੇ ਰੁਕ ਸਕਦੇ ਨੇ ਕੇਂਦਰ ਦੀ ਸਰਕਾਰ ਇਸ ਮੁੱਦੇ ਨੂੰ ਲੈ ਕੇ ਬੜੀ ਗੰਭੀਰ ਹੈ ਮੈਂ ਪਹਿਲਾਂ ਵੀ ਕਿਹਾ ਉਹਨਾਂ ਨੇ ਬੜਾ ਇਸ ਗੱਲ 'ਤੇ ਨੋਟਿਸ ਲਿਆ ਮਾਨਯੋਗ ਰਾਜਨਾਥ ਜੀ ਨੇ ਔਰ ਦੂਜੀ ਗੱਲ ਜਿਹੜੀ ਹੈਗੀ ਆ ਸਾਡੇ ਸਿੱਖ ਭਾਈਚਾਰੇ ਦੇ ਜਿਹੜੇ ਸਿੱਖ ਮੁਖੀ ਲੋਕ ਹੈਗੇ ਨੇ ਸਿੱਖ ਸੰਪਰਦਾਵਾਂ ਦੇ ਜਿਹੜੇ ਮੁਖੀ ਹੈਗੇ ਨੇ ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਆਪਣੀ ਜਿਹੜੀ ਮੰਗਾਂ ਨੂੰ ਮਨਾਉਣਾ ਚਾਹੀਦਾ ਕੋਈ ਵੀ ਸਰਕਾਰ ਉਹਨਾਂ ਤੋਂ ਬਾਹਰ ਨਹੀਂ ਜਾ ਸਕਦੀ ਕਿਉਂਕਿ ਸਿੱਖ ਜਿਹੜੀ ਕੌਮ ਹੈ ਬੜਾ ਉਹਦਾ ਸਤਿਕਾਰ ਸਾਰੀਆਂ ਕੌਮਾਂ ਕਰਦੀਆਂ ਨੇ ਸਾਰੇ ਲੋਕ ਕਰਦੇ ਨੇ ਪਰ ਜਿਹੜੇ ਕੁਛ ਸਾਡੇ ਵਿੱਚ ਵੀ ਹੈਗੇ ਨੇ ਗੁਰੂਆਂ ਪੀਰਾਂ ਤੋਂ ਲੈ ਕੇ ਆਏ ਨੇ ਜਦੋਂ ਜਿਹੜੇ ਨਕਸਲ ਕੁਸੀ ਵਾਲੇ ਲੋਕ ਨੇ ਹਰ ਵੇਲੇ ਚੱਲਦੇ ਰਹਿੰਦੇ ਮੁੱਦਾ ਕਿਸ਼ਨਪੁਰਾ ਜੀ ਨੇ ਚੱਕਿਆ ਸੀ ਕਿ ਤੁਸੀਂ ਕਹਿ ਰਹੇ ਹੋ ਸਾਨੂੰ ਇਕੱਠੇ ਹੋ ਗ੍ਰਹਿ ਮੰਤਰੀ ਦੇਖ ਰਹੇ ਨੇ ਵਿਦੇਸ਼ ਮੰਤਰਾਲਾ ਦੇਖ ਰਿਹਾ ਹੈ ਜਿਵੇਂ ਕਿਸ਼ਨਪੁਰਾ ਜੀ ਕਹਿ ਰਹੇ ਸੀ ਕਿ ਇੱਥੇ ਵੀ ਜਦੋਂ ਤੁਹਾਡੇ ਸੁਪਰੀਮ ਕੋਰਟ ਇਹ ਪੁੱਛੇ ਕਿ ਤੁਸੀਂ ਕਿੰਨੇ ਮੀਟਰ ਦੀ ਪੱਗ ਵਾਲਾ ਬੰਦਾ ਦਸਤਾਰ ਹੈ ਕਿੰਨੇ ਮੀਟਰ ਦੀ ਬੰਦਾ ਹੈ ਅਤੇ ਜਦੋਂ ਆਪਣੇ ਮੁਲਕ ਦੇ ਵਿੱਚ ਹੀ ਆਪਣੀ ਪਹਿਚਾਣ ਨੂੰ ਸਹੀ ਤਰ੍ਹਾਂ ਸਥਾਪਿਤ ਨਹੀਂ ਹੋ ਪਾ ਰਹੀ ਉਹਨਾਂ ਦੀ ਤਾਂ ਫਿਰ ਵਿਦੇਸ਼ਾਂ ਦੇ ਵਿੱਚ ਤੁਸੀਂ ਗੱਲ ਕਰਨ ਦੀ ਕੀ ਉਮੀਦ ਕੀਤੀ ਜਾਵੇ ਫਿਰ ਇਹ ਤੁਹਾਨੂੰ ਲੱਗਦਾ ਕਿ ਇੱਥੇ ਵੀ ਪ੍ਰੋਬਲਮ ਹੈ ਜਾਂ ਤੁਸੀਂ ਆਪਦੀ ਜ਼ਮੀਨ ਦੇ ਉੱਤੇ ਦਿੱਕਤ ਨੂੰ ਕਲੀਅਰ ਕਰ ਲਓਗੇ ਉਹ ਤੋਂ ਬਾਅਦ ਉਹ ਬਾਹਰ ਜਾ ਕੇ ਗੱਲ ਕਲੀਅਰ ਹੋ ਸਕੇਗੀ ਕੁਲਵਿੰਦਰ ਜੀ ਕਈ ਤਰ੍ਹਾਂ ਦੀਆਂ ਪ੍ਰੋਬਲਮਾਂ ਇੱਥੇ ਵੀ ਹੈਗੀਆਂ ਮੈਂ ਮੰਨਦਾ ਇਹਨਾਂ ਗੱਲਾਂ ਨੂੰ ਪਰ ਉਹਨਾਂ ਨੂੰ ਲੋੜ ਹੈ ਸਾਨੂੰ ਇਕੱਠੇ ਹੋ ਕੇ ਉਹਦੀ ਮੰਗ ਉਠਾਉਣ ਦੀ ਜੇ ਸਿੱਖ ਨਾਲ ਕੋਈ ਕਿਸੇ ਤਰ੍ਹਾਂ ਦਾ ਧੱਕਾ ਹੁੰਦਾ ਜੇ ਹਿੰਦੂ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਹੁੰਦਾ ਉਹਨੂੰ ਦੱਸਣ ਦੀ ਲੋੜ ਆ ਜੇ ਅਸੀਂ ਲੈ ਕੇ ਜਾਵਾਂਗੇ ਜੇ ਅਸੀਂ ਆਪਸ ਵਿੱਚ ਲੜਦੇ ਰਵਾਂਗੇ ਆਪਸ ਵਿੱਚ ਇੱਕ ਵਾਰੀ ਦੂਸ਼ਣਬਾਜ਼ੀ ਕਰਦੇ ਰਵਾਂਗੇ ਸਾਡੀ ਮੰਗ ਕੌਣ ਮੰਨੇਗਾ ਤੁਸੀਂ ਹਿੰਦੂ ਨਾਲ ਧੱਕਾ ਹਿੰਦੂ ਨਾਲ ਧੱਕਾ ਦੱਸੋ ਨਾ ਕੀ ਹੋ ਰਿਹਾ ਇੱਥੇ ਕੁਲਵਿੰਦਰ ਜੀ ਗੱਲ ਇਹ ਹੈ ਕਿ 4 ਅਗਸਤ 1982 ਨੂੰ 1982 ਨੂੰ ਧਰਮ ਯੁੱਧ ਮੋਰਚਾ ਲੱਗਿਆ ਸੀ ਉਹ ਹਿੰਦੁਸਤਾਨ ਦੇ ਰਹਿਣ ਵਾਸਤੇ ਲੱਗਿਆ ਸੀ ਕਿ ਸਾਨੂੰ ਇੱਕ ਨੰਬਰ ਦੇ ਸ਼ਹਿਰੀ ਮੰਨੋ ਕਿਸ਼ਨਪੁਰਾ ਜੀ ਤੁਸੀਂ ਜਾਤੀ ਸਿਸਟਮ ਦੇ ਨਾਲ ਜਾਓ 36 ਸਾਲ ਹੋ ਗਏ ਦੇਖੋ ਪੰਜਾਬੀ ਉਸ ਮਸਲੇ ਨੂੰ ਉਹ ਜਿਉਂ ਦਾ ਲੋਕ ਯੁੱਧ ਮੋਰਚੇ ਵਿੱਚ ਪਹਿਲਾਂ ਬੜੇ ਮੋਰਚੇ ਲੱਗੇ ਨੇ ਬੜਾ ਨੁਕਸਾਨ ਪੰਜਾਬ ਦੇ ਸਿੱਖਾਂ ਦਾ ਹੋਇਆ ਮੈਂ ਸਮਝਦਾ 1984 ਦੇ ਵਿੱਚ ਵੀ ਹੋਇਆ ਉਹ ਤੋਂ ਪਹਿਲਾਂ ਵੀ ਬੜਾ ਨੁਕਸਾਨ ਹੋਇਆ ਤੁਸੀਂ ਸਿੱਖਾਂ ਦਾ ਨੁਕਸਾਨ ਇਹਨਾਂ ਗੱਲਾਂ ਨਾਲ ਹੁੰਦਾ ਇਸ ਵਾਸਤੇ ਤੁਹਾਨੂੰ ਹੱਥ ਬੰਨ ਕੇ ਬੇਨਤੀ ਹੈ ਤੁਸੀਂ ਇਹਨਾਂ ਦੇ ਇਦਾਂ ਦੀ ਭੜਕਾਊ ਗੱਲ ਨਾ ਕਰੋ ਚੁੱਪ ਰਹੋ ਪੰਜਾਬ ਦੇ ਜਿਹੜੇ ਲੋਕ ਸਿੱਖ ਨੇ ਬੜੇ ਬੜੇ ਸਮਝਦਾਰ ਨੇ ਹਿੰਦੁਸਤਾਨ ਦੇ ਸਿੱਖ ਬੜੇ ਸਮਝਦਾਰ ਨੇ ਪਰ ਉਹਨਾਂ ਨੂੰ ਲੋੜ ਆ ਇਕੱਠੇ ਹੋਣ ਦੀ ਅਸੀਂ ਭੜਕਾਊ ਭਾਸ਼ਣ ਦੇ ਕੇ ਉਹਨਾਂ ਨੂੰ ਦੂਜੇ ਪਾਸੇ ਤੋਂ ਅਸੀਂ ਦੇਸ਼ ਦੀ ਏਕਤਾ ਦੇ ਅਖੰਡਤਾ ਦੇ ਉਲਟ ਜਾਂਦੇ ਹਾਂ ਟਾਇਰ ਪਵਾ ਕੇ ਗੱਲ 'ਚ ਮਰ ਜਾਓ ਇਹਦੇ ਨਾਲ ਦੇਸ਼ ਦੀ ਏਕਤਾ ਦੇ ਅਖੰਡਤਾ ਨੂੰ ਕੀ ਮਤਲਬ ਨੁਕਸਾਨ ਹੋ ਰਿਹਾ ਜੇ ਕਿ ਹਿੰਦੁਸਤਾਨ ਦਾ
ਅਮਰੀਕਾ ਨੂੰ ਚਿੱਠੀ ਲਿਖ ਦੇ ਕੇ ਸਾਡੇ ਸਿੱਖ ਲਿਖੀ ਹੋਈ ਹੈ ਜੀ ਤੁਹਾਨੂੰ ਕੀ ਪਤਾ ਮੈਂ ਕਹਿੰਦਾ ਲਿਖੀ ਹੋਈ ਹੈ ਦੱਸਣ ਕਿ ਸਾਡੀ ਲਿਖੀ ਹੋਈ ਹੈ ਬਕਾਇਦਾ ਅਕਾਲੀ ਦਲ ਦਾ ਸ਼ੁਕਰ ਜੀ ਕੀਤਾ ਅਕਾਲੀ ਦਲ ਦੀ ਬੀਬਾ ਹਰਸਿਮਰਤ ਕੌਰ ਬਾਦਲ ਚਿੱਠੀ ਨਾਲ ਮਸਲਾ ਹੱਲ ਹੁੰਦਾ ਤੁਹਾਨੂੰ ਲੱਗਦਾ ਕਿ ਮਸਲਾ ਜੇ ਵਿਦੇਸ਼ ਮੰਤਰਾਲਾ ਜਾਂ ਚਿੱਠੀ ਲਿਖ ਦਿੰਦਾ ਹੈ ਸਾਡੇ ਬਲਵਿੰਦਰ ਭੁੰਦੜ ਜੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਲੌਂਗੋਵਾਲ ਸਾਹਿਬ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਜਾ ਕੇ ਮਿਲੇ ਨੇ ਰਾਜਨਾਥ ਸਿੰਘ ਜੀ ਨੂੰ ਉਹਨਾਂ ਨੇ ਨੋਟਿਸ ਲਿਆ ਇਹਨਾਂ ਦੇ ਸਿਰਫ ਜਦੋਂ ਮਿਲਦੇ ਨੇ ਤੇ ਨੋਟਿਸ ਲੈਂਦੇ ਨੇ ਅੱਗੇ ਕਾਰਵਾਈ ਤਾਂ ਕੋਈ ਨਹੀਂ ਨਾ ਹੁੰਦੀ ਗੱਲ ਤਾਂ ਕਾਰਵਾਈ ਕਰਨ ਦੀ ਹੈ ਕਿ ਅਸੀਂ ਪਿਛਲੇ 100 ਸਾਲ ਦੇ ਕਾਰਵਾਈਓ ਡਿੱਕੀ ਜਾਵਾਂਗੇ ਮਤਲਬ ਡਿੱਕਦੇ ਰਹੀਏ ਹੁਣ ਇਸ ਗੱਲ ਹੀ ਹੰਭਲਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਫੀ ਹੰਭਲਾ ਮਾਰਦੀ ਹੈ ਹੋਰ ਉੱਥੋਂ ਟੀਵੀ ਚੈਨਲ ਰੇਡੀਓ ਚੈਨਲ ਜਿਹੜੇ ਚੱਲ ਰਹੇ ਨੇ ਅਖਬਾਰ ਨਿਕਲ ਰਹੇ ਨੇ ਉਹ ਕਾਫੀ ਹੰਭਲਾ ਮਾਰਦੇ ਨੇ ਵਿਚਾਰੇ ਪੀਰ ਮਾਮਾ ਸਾਹਿਬ ਨੇ ਪਹਿਲਾਂ ਗੱਲ ਦੱਸੀ ਹੈ ਕਿ ਸੱਜਣ ਸਿੰਘ ਜੀ ਜੇ ਉਹ ਉੱਥੋਂ ਦੇ ਡਿਫੈਂਸ ਮਿਨਿਸਟਰ ਬਣੇ ਨੇ ਉਹਦੇ ਨਾਲ ਸਿੱਖਾਂ ਦੀ ਆਈਡੈਂਟੀ ਗਈ ਹੈ ਇੱਕ ਪਰ ਅਸੀਂ ਉਹ ਠੀਕ ਹੈ ਐਕਸੈਪਟ ਕਰਨ ਨੂੰ ਤਿਆਰ ਨਹੀਂ ਹਾਂ ਛੋਟਾ ਥੋੜੇ ਜਿਹੇ ਸ਼ਬਦਾਂ ਚ ਮੈਂ ਮੇਰੇ ਕੋ ਸਮਾਂ ਘੱਟ ਹੈ ਕਿਸ਼ਨਪੁਰਾ ਜੀ ਇੱਥੇ ਮੰਨਣ ਨੂੰ ਤਿਆਰ ਨਹੀਂ ਹੁੰਦੇ ਕੀ ਤੁਸੀਂ ਇਹ ਮੰਨਦੇ ਹੋ ਕਿ ਕੇਂਦਰ ਦੀ ਸਰਕਾਰ ਨੇ ਉਹਨੂੰ ਮੰਨਿਆ ਪੰਜਾਬ ਦੀ ਸਰਕਾਰ ਨੇ ਨਹੀਂ ਮੰਨਿਆ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਸੱਜਣ ਸਿੰਘ ਦਾ ਵਿਰੋਧਤਾ ਕੀਤੀ ਹੈ ਕੇਂਦਰ ਦੀ ਸਰਕਾਰ ਨੇ ਉਹਨੂੰ ਮੰਨਿਆ ਬਕਾਇਦਾ ਦਾ ਸਵਾਗਤ ਕੀਤਾ ਠੀਕ ਹੈ ਕਿਸ਼ਨਪੁਰਾ ਜੀ ਮੈਂ ਇੱਕ ਛੋਟੇ ਜਿਹੇ ਸਵਾਲ ਦਾ ਜਵਾਬ ਚਾਹੁੰਗਾ ਥੋੜੇ ਸ਼ਬਦਾਂ ਚ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਨਸਲੀ ਹਮਲਿਆਂ ਦੀ ਜੋ ਸਮੱਸਿਆ ਵਿਦੇਸ਼ਾਂ ਦੇ ਵਿੱਚ ਹੈਗੀ ਹੈ ਰੁਕ ਸਕਦੀ ਕਿਉਂਕਿ ਇਕੱਲੇ ਸਿਰਫ ਸਿੱਖਾਂ ਤੱਕ ਸੀਮਤ ਨਹੀਂ ਹੈ ਬਾਕੀ ਵੀ ਬਹੁਤ ਸਾਰੇ ਧਰਮਾਂ ਦੇ ਲੋਕ ਇਹਦੇ ਟਾਰਗੇਟ ਦੇ ਵਿੱਚ ਰਹਿੰਦੇ ਆ ਕਿ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਬੰਦ ਹੋ ਸਕਦੀਆਂ ਨੇ ਆਪਸੀ ਭਾਈਚਾਰੇ ਨਾਲ ਬੰਦ ਹੋ ਸਕਦੀਆਂ ਹਿੰਦੁਸਤਾਨ ਦੇ ਪਹਿਲਾਂ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਉਹ ਸਿੱਖਾਂ ਨੂੰ ਇੱਕ ਨੰਬਰ ਦਾ ਸ਼ਹਿਰੀ ਮੰਨੇ ਆਪਣੇ ਇੱਥੋਂ ਦੇ ਉਹ ਵਸਿੰਦੇ ਮੰਨਣ ਕਿ ਇਹ ਸਾਡੇ ਭਰਾ ਨੇ ਜਦੋਂ ਅਸੀਂ 1919 'ਚ ਜਿਹੜਾ ਅਗਲੇ ਸਾਲ 100 ਸਾਲਾਂ ਮਨਾ ਰਹੇ ਹਾਂ ਉਹਦੇ 'ਚ 1919 ਜਲ੍ਹਿਆਂਵਾਲੇ ਬਾਗ 'ਚ ਸਾਰੇ ਸਿੱਖ ਨਾਲ ਮਰੇ ਨੇ ਕਦੇ ਕਦੇ ਸਿੱਖਾਂ ਨੇ ਦੇਸ਼ ਦੀ ਲੜਾਈ 'ਚ ਜਾਂ ਕਿਸੇ 'ਚ ਵੀ ਜਦੋਂ ਅੰਗਰੇਜ਼ਾਂ ਨੂੰ ਇੱਥੋਂ ਭਜਾਉਣਾ ਸੀ ਤਾਂ ਸਾਰੇ ਹਿੰਦੁਸਤਾਨ ਦੇ ਨਾਲ ਅਸੀਂ ਲੜੇ ਹਾਂ ਅਤੇ ਐਵੇਂ ਸਾਨੂੰ ਕਹੀ ਜਾਣਾ ਕਿ ਤੁਸੀਂ ਜੀ ਹਿੰਦੁਸਤਾਨ ਦੀ ਏਕਤਾ ਤੋੜ ਰਹੇ ਏਕਤਾ ਦੀ ਇੱਥੇ ਕੋਈ ਅਖੰਡਤਾ ਦੀ ਗੱਲ ਹੀ ਨਹੀਂ ਹੈਗੀ ਗੱਲ ਤਾਂ ਇੱਥੇ ਇਹ ਹੈ ਕਿ ਜਿਹੜਾ ਬਾਹਰਲਾ ਮਸਲਾ ਹੈ ਉਹ ਹਿੰਦੁਸਤਾਨ ਦੀ ਸਰਕਾਰ ਨੇ ਹੱਲ ਕਰਨਾ ਦੂਜੀ ਗੱਲ ਇਹ ਹੈ ਕਿ ਹਿੰਦੁਸਤਾਨ ਦੀ ਸਰਕਾਰ ਸਾਡੇ ਅਕਾਲ ਤਖ਼ਤ ਨੂੰ ਇੰਡੀਪੈਂਡੈਂਟ ਮੰਨੇ ਕਿ ਉਹ ਕਿਸੇ ਵੀ ਕੋਰਟ ਦੇ ਅਧੀਨ ਨਹੀਂ ਹੈਗਾ ਅਕਾਲ ਤਖ਼ਤ ਦਾ ਜਥੇਦਾਰ ਪੰਜਾਬ ਗੌਰਮੈਂਟ ਨੂੰ ਹਿੰਦੁਸਤਾਨ ਦੀ ਗੌਰਮੈਂਟ ਨੂੰ ਲੈਟਰ ਲਿਖੇ ਤੇ ਉਹ SGPC ਨੂੰ ਵੀ ਲਿਖੇ ਕਿ ਤੁਸੀਂ ਭਾਈ ਇਹ ਸਾਡੇ ਮਸਲੇ ਹੱਲ ਕਰੋ ਠੀਕ ਹੈ ਕਨੈਸ ਸਿੰਘ ਜੀ ਥੋੜੇ ਸ਼ਬਦਾਂ ਕੋਲੋਂ ਤਾਂ ਤੁਹਾਨੂੰ ਲੱਗਦਾ ਕਿ ਇਹ ਚੀਜ਼ਾਂ ਬੰਦ ਹੋ ਸਕਦੀਆਂ ਨੇ ਇਹ ਨਸਲੀ ਹਮਲੇ ਰੋਕੇ ਜਾ ਸਕਦੇ ਨੇ ਦੇਖੋ ਇਸ ਦੇ ਉੱਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੋਟੀ ਛੋਟੀ ਗੱਲ ਦੇ ਉੱਤੇ ਮਨ ਕੀ ਬਾਤ ਕਹਿੰਦੇ ਆ ਅਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸਿੱਖਾਂ ਪ੍ਰਤੀ ਵੀ ਆਪਣੀ ਮਨ ਕੀ ਬਾਤ ਬਤਾ ਦੇਣ ਜਿਸ ਦਿਨ ਉਹ ਆਪਦੇ ਮਨ ਦੀ ਗੱਲ ਦੱਸ ਦੇਣਗੇ ਹਿੰਦੂ ਹਾਕਮ ਜਿਹੜਾ ਹੈ ਉਹ ਸਿੱਖਾਂ ਪ੍ਰਤੀ ਆਪਣਾ ਨਜ਼ਰੀਆ ਕਲੀਅਰ ਕਰ ਦੇਗਾ ਤਾਂ ਇੰਡੀਆ ਦੇ ਅੰਦਰ ਜਿਹੜਾ ਇੱਥੇ ਨਸਲੀ ਹੋ ਰਹੇ ਹਮਲੇ ਉਹ ਵੀ ਬੰਦ ਹੋਣਗੇ ਔਰ ਵਿਸ਼ਵ ਪੱਧਰ ਦੇ ਉੱਪਰ ਵੀ ਜੋ ਸਾਡੀ ਪ੍ਰੋਬਲਮ ਜੇ ਉਹ ਹੱਲ ਹੋਵੇਗੀ ਲੇਕਿਨ ਅੱਜ ਗੱਲ ਕੀ ਹੋ ਰਹੀ ਹੈ ਕਿ ਸਾਡੇ ਆਪਣੇ ਹੀ ਸਿੱਖ ਕਹਿ ਰਹੇ ਸਾਡੇ ਨਾਲ ਹੋ ਹੀ ਨਹੀਂ ਕੁਝ ਰਿਹਾ ਜਦੋਂ ਕਿ ਨਵੰਬਰ 1984 6 ਜੂਨ 1984 ਔਰ ਪੰਜਾਬ ਦੀ ਧਰਤੀ ਜਿਹੜਾ ਲਹੂ ਲੁਹਾਣ ਕੀਤੀ ਗਈ ਹੈ ਉਹਦੇ ਲਈ ਕੌਣ ਜ਼ਿੰਮੇਵਾਰ ਹੈ 34 ਸਾਲ ਦਾ ਸਮਾਂ ਬੀਤ ਗਿਆ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ ਕਮਿਸ਼ਨ ਦੇ ਉੱਪਰ ਕਮਿਸ਼ਨ ਬਿਠਾਏ ਜਾ ਰਹੇ ਆ 32 ਸਾਲ ਹੋ ਗਏ ਨੇ 4 ਫੈਡਰੇਸ਼ਨ ਦੇ ਨੌਜਵਾਨ ਨਕੋਦਰ ਕਾਂਡ ਦੇ ਵਿੱਚ ਮਾਰੇ ਗਏ ਅੱਜ ਤੱਕ ਰਿਪੋਰਟ ਜਨਤਕ ਨਹੀਂ ਕੀਤੀ ਗਈ ਇਸ ਤਰ੍ਹਾਂ ਦੇ ਕਿੰਨੇ ਹੀ ਮਸਲੇ ਨੇ ਜਿਹੜੇ ਅਸੀਂ ਲਗਾਤਾਰ ਉਠਾਉਂਦੇ ਆ ਰਹੇ ਹਾਂ ਲੇਕਿਨ ਉਹਦੇ ਪ੍ਰਤੀ ਕਦੀ ਧਿਆਨ ਕਿਸੇ ਜੀ ਮੈਂ ਤੁਹਾਨੂੰ ਰੋਕਣਾ ਚਾਹੁੰਦਾ ਫਿਲਹਾਲ ਸਾਡੇ ਕੋਲ ਸਮਾਂ ਖਤਮ ਹੋਈ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਅੱਜ ਚਰਚਾ ਵਿੱਚ ਤੁਸੀਂ ਸ਼ਾਮਿਲ ਹੋਏ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸੋ ਸਵਾਲ ਇਹ ਹੈ ਕਿ ਸਰਕਾਰ ਦੇ ਪੱਧਰ ਦੇ ਉੱਤੇ ਵੀ ਮਸਲਾ ਜਿਹੜਾ ਜ਼ਰੂਰ ਚੁੱਕਿਆ ਜਾਣਾ ਹੈ ਅਤੇ ਨਾਲ ਦੀ ਨਾਲ ਸਿੱਖ ਭਾਈਚਾਰਾ ਵੀ ਲਗਾਤਾਰ ਆਪਣੇ ਵੱਲੋਂ ਪ੍ਰਚਾਰ ਕਰ ਰਿਹਾ ਹੈ ਸਵਾਲ ਇਹ ਹੈ ਕਿ ਇਸ ਤਰੀਕੇ ਦੀ ਸਥਿਤੀ ਨਾਲ ਨਜਿੱਠਣ ਲਈ ਇੱਕਜੁੱਟ ਹੋ ਕੇ ਸਭ ਨੂੰ ਅੱਗੇ ਆਉਣਾ ਜ਼ਰੂਰ ਪਏਗਾ ਫਿਲਹਾਲ ਇਸ ਬੁਲਟਨ ਦੇ ਵਿੱਚ ਇੰਨਾ ਹੀ ਧੰਨਵਾਦ